और खड़ी में तलवार है मैं बंद रखी सी भी जे मैं जाऊंगा ना उस तरह ही सिखा नू मारता जाऊंगा। पर महाराज ने जी कृपा की वो पुठे ही मुड़ गया। तो साड़ी भी जिहड़ी बरादरी आती है राजपूत दे विच आती है। जिहड़ा बाबा बचित्र सिंह सी ना वो भी राजपूत सी। ओहदा भरा है जिहड़ा वो भी राजपूत सी। 200 मिंबरां दा परिवार बाबा बचित्र सिंह दा ना शहीद होया है। भाई डल्ला चौधरी नू जिहड़ी बंदूक बना के दित्ती सी बाबा लाल सिंह ने वो सिकलीगर सी साडा ही सी। क्या बात। 12 बोर दी बंदूक और टोपीदार जिहदा निशाना परख्या सी। हां निशाना परख्या सी वो साडी बनी हुई है। जो तो तैयार की ने तलवार वो तो फिर महाराज का चेहरा दिखन लगे उस तलवार दे विच। तलवार दे विच जिवें हुण आपां सिसा ले लैंदे आ पग बन्नदे आ तो दूजा रूप ओहदे विच वीखदा है। इस तरह पर ओहदे विच दिसण लग्या तो महाराज ने आख्या छेवें पातशाह ने शिकल कर परिवार। संत जरनेल सिंह जी जेड़े साडे बाबा जी जेड़े शहीद हो गए 84 वेले उन्हां नूं साडे बुजुर्ग जांदे सी दादे परदादे 5 रुपए दे 6 रुपए दे चला के देना चला के अमृतसर दे विच। सानू खजाना दिता सी महाराज ने छेवें पातशाह ने किवें जिन्ने भी खजाना है ना तुसी चक लियो जिन्ने चक होंदा है। महाराज ने आख्या एक तो तुहाडी जिहड़ी फारसी है ना ओह ना मारी गए। खोखला बनाता झाड़ू नू सबेते नू पूरे खोखला बना के ना उते इत्थे रख देना बंब इधरों फिर सोटी जांदी सी इन्हें तो सट मारते तो बंब आगे जाके गिरता सी। सोलवीं कमेटी है जिहड़ी होर पासे पैसा ला दूगी होर पासे कोई खर्च कर दूगी पैसे गरीब सिखां दे उत्ते। खर सिंह साहब जी तुसी छड्डो श्रोमणी कमेटी नू लीडरां लीडरां नू इह चलदा रहना हैगा। तुहाडी जिहड़ी किरत कमाई है ना जिहड़ा गुरु ने थानू थापड़ा देता ना ਉਹ ਨਾ ਮੇਰੇ ਕੋਲੇ ਹੈ ਨਾ ਇਹਨਾਂ ਕੋਲੇ ਹੈ ਹੈ ਉਹ ਤੁਹਾਡੇ ਕੋਲੇ ਹੀ ਹੈ। ਕੋਈ ਕੰਪਨੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੰਪਨੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੀ ਹੈ ਛੇਵੇਂ ਪਾਤਸ਼ਾਹ ਦੀ ਉਹਦੀ ਕੰਪਨੀ ਹੈ ਬਸ ਛੇਵੇਂ ਪਾਤਸ਼ਾਹ ਦੀ ਕੰਪਨੀ ਅਜੇ ਤੱਕ ਚੱਲ ਰਹੀ ਹੈ ਸਾਰੀ ਉਹਦੀ ਕੰਪਨੀ ਹੈ ਉਹ ਲੋੜ ਹੀ ਨਹੀਂ ਡਰਨ ਦੀ। ਅਸੀਂ ਥਾਂ ਤੇ ਹੁਣ ਇੱਕ ਇੱਕ ਪਿਓ ਦੀ ਔਲਾਦ ਹੈ ਸਾਰੀ ਸਾਰੀ ਐ ਮੇਰਾ ਚਾਚਾ ਬੈਠਾ ਹੈ ਇੱਧਰ ਹਾਂ ਉਹ ਉੱਧਰ ਹਾਂਜੀ ਕੋਈ ਨਹੀਂ ਬਾਬਾ ਜੀ ਆਹੋ ਸਤ ਬਦਨ ਜੀ ਹੁਣ ਇਹ ਸਾਰੇ ਇੱਕ ਪਿਓ ਦੀ ਔਲਾਦ ਹੈ ਕੋਈ ਚਾਚਾ ਹੈ ਕੋਈ ਮਾਮਾ ਹੈ ਕੋਈ ਬੂਆ ਹੈ ਸਲਮ ਪਿਓ ਦੀ ਔਲਾਦ ਹੈ ਸਾਰੀ। ਕਿੰਨੇ ਜਣੇ ਆਏ ਹੋਏ ਨੇ? ਇਹ ਹੋ ਜਣੇ 200 ਜਣੇ ਹੋ ਜਾਣਗੇ ਸਾਰੇ 200 ਦੇ ਕਰੀਬ। ਹਾਂ ਕਦੋਂ ਦੇ ਆਏ ਹੋਏ ਹੋ? 20 ਤਰੀਕ ਦੇ 20 ਤਰੀਕ ਦੇ ਆਹੋ ਕਦੋਂ ਤੱਕ ਰਹੋਗੇ? ਅਸੀਂ ਰਹਾਂਗੇ 29 ਤੱਕ 29 ਤੱਕ ਹਾਂ ਇੱਕ ਤੱਕ ਰਹਾਂਗੇ 1 ਤਰੀਕ ਤੱਕ ਰਹਾਂਗੇ ਅਸੀਂ ਵੇਚ ਕੇ ਜਾਵਾਂਗੇ ਸਾਰਾ ਮਾਲ ਹੀ। ਅੱਛਾ ਹਾਂ ਸਾਰੇ ਕਲੀਅਰ ਕਰਕੇ ਜਾਵਾਂਗੇ। ਅੱਛਾ ਕਿੰਨਾ ਮਾਲ ਲਿਆਉਂਦੇ ਹੋ ਫਿਰ ਵੰਡ ਕਿਵੇਂ ਕਰਦੇ ਹੋ ਉਹਦੀ? ਇਹ ਅਸੀਂ ਇੱਕ ਟਰੱਕ ਦੇ ਵਿੱਚ ਲੈ ਕੇ ਆ ਜਾਂਦੇ ਆ ਸਾਰੇ ਇਕੱਠੇ। ਆਹੋ ਅੱਛਾ ਟਰੱਕ ਦੇ ਪਹਿਲੇ ਤਾਂ ਰੇਲ ਗੱਡੀ ਜਾਂਦੀ ਹੈ ਰਾਜਪੁਰਾ। ਹਾਂ ਰਾਜਪੁਰਾ ਤੋਂ ਫਿਰ ਉੱਥੋਂ ਟਰੱਕ ਕਰਾ ਲੈਂਦੇ ਆ। ਅੱਛਾ ਪਿੱਛੋਂ ਕਿੱਥੋਂ ਆਉਂਦਾ ਮਾਲ? ਪਿੱਛੋਂ ਇਹ ਤਾਂ ਅਸੀਂ ਆਪ ਬਣਾਉਂਦੇ ਆ ਸਾਰੇ
ਬਰਛੀ ਹੈ ਕਿੱਲੇ ਚੱਕਰ ਵਾਲੀ ਹੁਣ ਜਿਹੜੇ ਬਾਬੇ ਲੈ ਕੇ ਗਏ ਸੀ ਬੁੱਢੇ ਦੱਲਾ ਰੇ ਨੇਜਾ ਨੂਜਾ ਚੱਕਦੇ ਨੂੰ ਫਿਰ ਉਹਦੇ ਇਹ ਬਰਛੀ ਹੈ ਹੁਣ ਇਹ ਵੱਡਾ ਬਰਛਾ ਹੈ ਜਿਹੜਾ ਨਿਸ਼ਾਨ ਸਾਹਿਬ ਲੱਗੇ ਪਿਆ ਉੱਥੇ ਅੱਛਾ ਇਹ ਵੱਡਾ ਬਰਛਾ ਨਿਸ਼ਾਨ ਸਾਹਿਬ ਇਹ ਹਾਥੀ ਚ ਫੜਨ ਵਾਸਤੇ ਬਾਬਾ ਪਚੇਤਰ ਸਿਕਾਰੀ ਜਿਹੜੇ ਹਾਥੀ ਦੇ ਮਾਰੀ ਸੀ ਖੁੰਨੀ ਹਾਥੀ ਦੇ ਇੱਕ ਨਾਲ ਹੀ ਮੋਰਚਾ ਫਤਿਹ ਕਰਤਾ ਸੀ ਬਾਬਾ ਪਚੇਤਰ ਸਿੰਘ ਨੇ ਇਹ ਆਪ ਹੀ ਬਣਾਉਂਦੇ ਸੀ ਗੰਗਾਨਗਰ ਰਾਜਸਥਾਨ ਨਹੀਂ ਪੱਟੀ ਲਾਈ ਹੋਈ ਹੈ ਆਪ ਦੀ ਮੈਂ ਆਪ ਹੀ ਘਰੇ ਬਣਾਉਂਦਾ ਮੈਂ ਸਵਾ ਲੱਖ ਫੌਜ ਹੀ ਬਣਾਉਂਦਾ ਮੈਂ ਇਕੱਲਾ ਹੀ ਠੱਪਦਾ ਇਹਨੂੰ ਅੱਗੇ ਅੱਗੇ ਬੰਦਾ ਨੀ ਲਾਉਂਦਾ ਮੈਂ ਮਾਲ ਵਧੀਆ ਹੁੰਦਾ ਇੱਥੋਂ ਕੱਠਾ ਲੈ ਜਾਂਦੇ ਅਸੀਂ ਰਲ ਕੇ ਸਾਰੇ ਘਰ ਛੋਟੀ ਜਵਾਲਾਪੁਰ ਤੋਂ ਜਵਾਲਾਪੁਰ ਅਤਵਾਰ ਉੱਥੇ ਕੀ ਖਾਸ ਗੱਲ ਹੈ ਉੱਥੇ ਮੁਸਲਮਾਨ ਮਨਾਉਂਦੇ ਨੇ ਹੋਰ ਵੀ ਕਿਸੇ ਮੇਲੇ ਤੇ ਸਾਰੇ ਜੋੜ ਮੇਲੇ ਤੇ ਅਨੰਦਪੁਰ ਸਾਹਿਬ ਉੱਥੇ ਲੱਗਦਾ ਸਾਡੇ ਸੇਤੀ ਬਾਗ ਤੇ ਤਲਵੰਡੀ ਸਾਹਿਬ ਤਲਵੰਡੀ ਸਾਹਿਬ ਬੁੱਢੇ ਦਲ ਦੀ ਛੋਣੀ ਜਿੱਥੇ ਵੱਡਾ ਦਰਬਾਰ ਹੈ ਜਿਹੜੇ ਭਾਈ ਡੱਲਾ ਚੌਧਰੀ ਨੂੰ ਜਿਹੜੀ ਬੰਦੂਕ ਬਣਾ ਕੇ ਦਿੱਤੀ ਸੀ ਬਾਬਾ ਲਾਲ ਸਿੰਘ ਨੇ ਉਹ ਸਿਕਲੀਗਰ ਸੀ ਸਾਡਾ ਹੀ ਸੀ ਬਾਰਾਂ ਬੋਰ ਦੀ ਬੰਦੂਕ ਉਹ ਟੋਪੀਦਾਰ ਨਿਸ਼ਾਨਾ ਪਰਖਿਆ ਸੀ ਉਹ ਸਾਡੀ ਬਣੀ ਹੋਈ ਹੈ ਬਾਬਾ ਲਾਲ ਸਿੰਘ ਬਾਬਾ ਇੱਕ ਮਿੰਟ ਰੁਕਦਾ ਇੱਥੇ ਬੇਦਾ ਬਾਬਾ ਲਾਲ ਸਿੰਘ ਜੀ ਸਿਕਲੀਗਰ ਸੀ ਉਹ ਜਿਹੜੇ ਨਸ਼ਾਨੇ ਤੇ ਲੱਗੀ ਸੀ ਨਸ਼ਾਨੇ ਉੱਪਰ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਤਾਂ ਦੀ ਲਗਾਤੀ ਗੋਲੀ ਅੱਛਾ ਭਾਈ ਡੱਲੇ ਦਾ ਜ਼ਿਕਰ ਆਉਂਦਾ ਹੈ ਤੇ ਜਿਨ੍ਹਾਂ ਨੇ ਨਿਸ਼ਾਨੇ ਦੇ ਅੱਗੇ ਖੜ ਗਏ ਜਿਹੜੇ ਦੋ ਸਿੰਘ ਉਹਨਾਂ ਦਾ ਵੀ ਜ਼ਿਕਰ ਆਉਂਦਾ ਹੈ ਪਰ ਜਿਹਨੇ ਬਣਾਈ ਉਹਦਾ ਜ਼ਿਕਰ ਨਹੀਂ ਆਉਂਦਾ ਹੈਗਾ ਜਿਹੜੇ ਮਿਸਤਰੀਆਂ ਦਾ ਤਾਂ ਨਾਈ ਨਹੀਂ ਆਉਂਦਾ ਬਾਬਾ ਮਨੀ ਦਾਸ ਜੀ ਉਹ ਵੀ ਸਾਡਾ ਸਿਕਲੀਗਰ ਹੈ ਅੱਛਾ ਮਤੀ ਦਾਸ ਉਹ ਵੀ ਸਿਕਲੀਗਰ ਹੈ ਪਰ ਇਹਨਾਂ ਦਾ ਨਾਈ ਨਹੀਂ ਆਉਂਦਾ ਜਾਤ ਪਾਤ ਤੋਂ ਮਹਾਰਾਜ ਨੇ ਖਤਮ ਹੀ ਕਰਤੀ ਨਾ ਤਾਂ ਸਿੱਖ ਲਾਤਾ ਫਿਰ ਸਿੱਖੀ ਤੋਂ ਬੂਟਾ ਸਾਡੇ ਤੋਂ ਲੱਗਿਆ ਗੁਰੂ ਨਾਨਕ ਦੇਵ ਤੋਂ ਕਿ ਉਹ ਪਹਿਲੇ ਅਸੀਂ ਬੰਜਾਰੇ ਸੀ ਗੁਰੂ ਨਾਨਕ ਦੇਵ ਦੇ ਤੋਂ ਬੰਜਾਰੇ ਦੇ ਤੋਂ ਛੇਵੇਂ ਪਾਸੇ ਹਰਗੋਬਿੰਦ ਸਾਹਿਬ ਨੂੰ ਜਦੋਂ ਤਲਵਾਰ ਬਣਾ ਕੇ ਦਿੱਤੀ ਸੀ ਨਾ ਉਦੋਂ ਫਿਰ ਅਸੀਂ ਸਿਕਲੀਗਰ ਬਣ ਗਏ ਫਿਰ ਉਦੋਂ ਅਸੀਂ ਸਿਕਲੀਗਰ ਬਣ ਗਏ ਫਿਰ ਖਰਾਬ ਕਰਤੀ ਇਹ ਵੀ ਘਰੇ ਵੀ ਨਾ ਛੇੜਾ ਛਾੜੀ ਕਰਦਾ ਰਹਿੰਦਾ ਹੈ ਬਸ ਤਾਂ ਹੀ ਸਿੱਖੂਗਾ ਆਹੋ ਕਹਿੰਦੇ ਕੁਛ ਲਿਆ ਕੇ ਤਾਂ ਹੀ ਸਿੱਖੂਗਾ ਤਾਂ ਹੀ ਜਥੇਦਾਰ ਬਣੂਗਾ ਆਹੋ ਇਤਿਹਾਸ ਦੱਸਿਓ ਆਪਣਾ ਤੁਹਾਡਾ ਸਿਕਲੀਗਰਾਂ ਦਾ ਇਤਿਹਾਸ ਕੀ ਹੈ ਤੁਹਾਨੂੰ ਸਿਕਲੀਗਰ ਜਿਹੜਾ ਲਕਬ ਹੈ ਉਹ ਕਿੱਥੋਂ ਪ੍ਰਦਾਨ ਹੋਇਆ ਸਾਨੂੰ ਪ੍ਰਵਾਨ ਸਿਕਲੀਗਰਾ ਤੋਂ ਪਹਿਲੇ ਸੀ ਅਸੀਂ ਰਾਜਸਥਾਨੀ ਸੀ ਰਾਜਸਥਾਨ ਦੇ ਵਿੱਚ ਰਹਿੰਦੇ ਸੀ ਅਸੀਂ ਚਿਤੌੜਗੜ੍ਹ ਦੇ ਵਿੱਚ ਰਾਜਸਥਾਨ ਮਹਾਰਾਣਾ ਪ੍ਰਤਾਪ ਜਿਹੜੇ ਸਾਡੇ ਰਾਜੇ ਸੀ ਬੰਜਾਰਾ ਸੀ ਉਹ ਵੀ ਮਹਾਰਾਣਾ ਪ੍ਰਤਾਪ ਸਿਕਲੀਗਰ ਨਹੀਂ ਸੀ ਉਹ ਅੱਛਾ ਉਹ ਰਾਜਪੂਤ ਸੀ ਸਾਡੀ ਵੀ ਜਿਹੜੀ ਬਰਾਦਰੀ ਆਉਂਦੀ ਹੈ ਰਾਜਪੂਤ ਦੇ ਵਿੱਚ ਆਉਂਦੀ ਹੈ ਜਿਹੜਾ ਬਾਬਾ ਬਚੇਤਰ ਸਿੰਘ ਸੀ ਨਾ ਉਹ ਵੀ ਰਾਜਪੂਤ ਸੀ ਉਹਦਾ ਭਰਾ ਹੈ ਜਿਹੜਾ ਉਹ ਵੀ ਰਾਜਪੂਤ ਸੀ 200 ਮੈਂਬਰਾਂ ਦਾ ਪਰਿਵਾਰ ਬਾਬਾ ਬਚੇਤਰ ਸਿੰਘ ਦਾ ਨਾ ਸ਼ਹੀਦ ਹੋਇਆ ਸਾਰਾ ਪਰਿਵਾਰ 200 ਮੈਂਬਰਾਂ ਦਾ ਪਰਿਵਾਰ ਸੀ ਜੋ ਬਾਬਾ ਬਚੇਤਰ ਸਿੰਘ ਦਾ ਭਰਾ ਚਾਚੇ ਮਾਮੇ ਸਾਰੇ ਸ਼ਹੀਦ ਹੋ ਗਏ ਇਹਨਾਂ ਨੇ ਸ਼ਸਤਰ ਵੀ ਬਣਾ ਕੇ ਦਿੱਤੇ ਨੇ ਮਹਾਰਾਜ ਨੂੰ ਔਰ ਸ਼ਹੀਦੀ ਵੀ ਪਾਈਏ ਔਰ ਬਾਬਾ ਬਚੇਤਰ ਸਿੰਘ ਜਿਹੜਾ ਸੀ ਉਹ ਜਰਨੈਲ ਬਣਾ ਦਿੱਤਾ ਫਿਰ ਜਦੋਂ ਹਾਥੀ ਖੁੰਨੀ ਹਾਥੀ ਨਾਲ ਲੜਿਆ ਸੀ ਨਾ ਕਦ ਉਹਦਾ ਮਥਰਾ ਸੀ ਜਦੋਂ ਜੰਗ ਜੀਤ ਕੇ ਆਏ ਨਾ ਮਹਾਰਾਜ ਤੋਂ ਇਹਨੂੰ ਫਿਰ ਮਹਾਰਾਜ ਨੇ ਇਹਨੂੰ ਜਰਨੈਲ ਬਣਾ ਦਿੱਤਾ ਜਰਨੈਲ ਬਣਾ ਦਿੱਤਾ ਇਹਨੂੰ ਫਿਰ ਬਾਬਾ ਬਚੇਤਰ ਸਿੰਘ ਉਦੇ ਸਿੰਘ ਇਹਦਾ ਭਰਾ ਸੀ
ਬਾਬਾ ਬਚਿੱਤਰ ਸਿੰਘ ਦਾ ਉਹਨੇ ਰਬਾਬ ਪਕੜੀ ਛੋਟੇ ਭਰਾ ਨੇ ਭਰਾ ਨੂੰ ਆਖਿਆ ਮੈਨੂੰ ਠੋਕ ਦੇ ਮੌਕਾ ਲੱਗ ਗਿਆ ਹੁਣ ਸਿੱਧੀ ਠੋਕੀ ਸੱਤ ਲੋਹੇ ਦੀ ਪਲਾਦੇ ਫੁੱਲ ਬੰਦ ਰੱਖੀ ਸੀ ਉਹਦੇ ਮੱਥੇ ਤੇ ਔਰ ਖੜੀਆਂ ਤਲਵਾਰ ਐਵੇਂ ਬੰਦ ਰੱਖੀ ਸੀ ਵੀ ਜਿਵੇਂ ਜਾਊਗਾ ਨਾ ਉਸ ਤਰ੍ਹਾਂ ਹੀ ਸਿੱਖਾਂ ਨੂੰ ਮਾਰਦਾ ਜਾਊਗਾ ਪਰ ਮਹਾਰਾਜ ਨੇ ਇਹ ਜੀ ਕਿਰਪਾ ਕੀਤੀ ਉਹ ਪੁੱਠੇ ਹੀ ਮੁੜ ਗਿਆ ਫਿਰ ਉਹਨਾਂ ਦੀ ਫੌਜਾਂ ਨੂੰ ਹੀ ਖਤਮ ਕਰਤਾ ਫਿਰ ਅਸੀਂ ਫਿਰ ਜਿੰਨੇ ਵੀ ਮਹਾਰਾਜ ਨੂੰ ਫਿਰ ਮਹਾਰਾਜ ਨੇ ਆਖਿਆ ਵੀ ਇਹ ਕਰੋ ਤੁਸੀਂ ਮੁਸਲਮਾਨ ਤੋਂ ਕੱਚੇ ਬਣਾ ਕੇ ਦਿੰਦੇ ਨਹੀਂ ਸੀ ਹਥਿਆਰ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨੂੰ ਫਿਰ ਸਾਨੂੰ ਸੱਦਿਆ ਰਾਜਸਥਾਨ ਤੋਂ ਸੱਦ ਕੇ ਸਾਨੂੰ ਫਿਰ ਉਹਨਾਂ ਨੇ ਆਖਿਆ ਇਹ ਕਰੋ ਤੁਸੀਂ ਬਾਬਾ ਜੀ ਤਲਵਾਰ ਬਣਾ ਕੇ ਦਿਓ ਜਦੋਂ ਤਿਆਰ ਕੀਤੀ ਨੇ ਤਲਵਾਰ ਉਦੋਂ ਫਿਰ ਮਹਾਰਾਜ ਦਾ ਚਿਹਰਾ ਦਿਖਣ ਲੱਗਿਆ ਉਸ ਤਲਵਾਰ ਦੇ ਵਿੱਚ ਜਿਵੇਂ ਹੁਣ ਆਪਾਂ ਸੀਸਾ ਲੈ ਲੈਂਦੇ ਹਾਂ ਪੱਗ ਬੰਨਦੇ ਹਾਂ ਤਾਂ ਦੂਜਾ ਰੂਪ ਉਹਦੇ ਵਿੱਚ ਵੇਖਦਾ ਇਸ ਤਰ੍ਹਾਂ ਫਿਰ ਉਹਦੇ ਵਿੱਚ ਦਿਸਣ ਲੱਗਿਆ ਤਾਂ ਮਹਾਰਾਜ ਨੇ ਆਖਿਆ ਛੇਵੇਂ ਪਾਤਸ਼ਾਹ ਨੇ ਸ਼ਿਕਲਗਰ ਪਰਿਵਾਰ ਮਤਲਬ ਸ਼ਿਕਲਗਰ ਪਰਿਵਾਰ ਦਾ ਮਤਲਬ ਵੀ ਇਹ ਸਿੱਖਾਂ ਦਾ ਪਰਿਵਾਰ ਹੈ ਇਹ ਗੁਰੂ ਦਾ ਪਰਿਵਾਰ ਹੈ ਇਹ ਸੱਜੀ ਬਾਹ ਹੈ ਖਾਲਸੇ ਦੀ ਇਹ ਖਾਲਸੇ ਦੀ ਜਿਹੜੀ ਹੈ ਨਾ ਇਹ ਸੱਜੀ ਬਾਹ ਹੈ ਸ਼ਿੰਗਾਰ ਹੈ ਇਹਦਾ ਦਾ ਸਤਿਕਾਰ ਕਰਨਾ ਹੈ ਤਾਂ ਉੱਥੋਂ ਸਾਨੂੰ ਸਿਕਲਗਰ ਪਰਿਵਾਰ ਨਾਂ ਰੱਖ ਦਿੱਤਾ ਸਾਡਾ ਜਿਹੜੀ ਚੀਜ਼ ਇਹਨਾਂ ਨੇ ਪ੍ਰਗਟ ਕਰ ਦੇਣੀ ਹੈ ਜਿਹੜੀ ਚੀਜ਼ ਇਹਨਾਂ ਨੂੰ ਦਿਖਾ ਦੋਗੇ ਉਹੀ ਚੀਜ਼ ਬਣਾ ਲੈਣਗੇ ਹੁਣ ਅਸੀਂ ਤੋਫ ਵੀ ਬਣਾ ਕੇ ਦਿੱਤੀ ਸੀ ਛੇਵੇਂ ਪਾਤਸ਼ਾਹ ਨੂੰ ਸੱਚੀ ਹਾਂ ਲੱਕੜ ਦੀ ਫਿਰ ਉਹ ਤੋਪ ਬਣਾ ਕੇ ਦਿੱਤੀਆਂ ਹਜ਼ੂਰ ਸਾਹਿਬ ਜਿਹੜੀ ਮਾਤਾ ਸੇਵ ਬਾਰੇ ਦੱਸੋ ਕੁਝ ਹਾਂ ਤੋਪ ਬਾਰੇ ਵਿੱਚ ਵੀ ਦੱਸ ਇੱਕ ਜੜ ਵੱਢ ਕੇ ਲਿਆ ਹੈ ਸਵੇਤੇ ਦੀ ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਹਾਂ ਗੋਬਿੰਦ ਸਿੰਘ ਪਾਤਸ਼ਾਹ ਨਾ ਨਾ ਹਰਗੋਬਿੰਦ ਸੇਵ ਬਾਰੇ ਵਿੱਚ ਅੱਛਾ ਉਹ ਤੋਪ ਰੱਖਦੀ ਕਿਲੇ ਦੇ ਉੱਤੇ ਮੁਗਲ ਫੌਜਾਂ ਦੇ ਟਾਈਮ ਦੇ ਵਿੱਚ ਉਹ ਤੋਪ ਰੱਖਤੀ ਉਹਨੂੰ ਖੋਖਲਾ ਬਣਾਤਾ ਜੜ ਨੂੰ ਸਵੇਤੇ ਨੂੰ ਪੂਰੇ ਨੂੰ ਖੋਖਲਾ ਬਣਾ ਕੇ ਨਾ ਉੱਥੇ ਇੱਥੇ ਰੱਖ ਦੇਣਾ ਬੰਬ ਇੱਧਰੋਂ ਫਿਰ ਸੋਟੀ ਜਾਂਦੀ ਸੀ ਇਹਨੇ ਜਦੋਂ ਸੱਟ ਮਾਰਦੇ ਤਾਂ ਬੰਬ ਅੱਗੇ ਜਾ ਕੇ ਗਿਰਦਾ ਸੀ ਉੱਥੇ ਫੁੱਟਦਾ ਸੀ ਉਹ ਜਾ ਕੇ ਅੱਛਾ ਜਿਵੇਂ ਪਟਾਸ ਹੋ ਗਈ ਥੱਲੇ ਮਾਰਦੇ ਹਾਂ ਆਪਾਂ ਤਾਂ ਪਟਾਸ ਫੁੱਟ ਜਾਂਦੀ ਹੈ ਇਸ ਤਰ੍ਹਾਂ ਬਣਾ ਕੇ ਦਿੱਤੀ ਸੀ ਕਿੰਨੀ ਦੂਰ ਮਾਰ ਕਰਦੀ ਮਾਰ ਤਾਂ ਬਹੁਤ ਜਿੰਨੀ ਕੱਸ ਕੇ ਮਾਰੂਗਾ ਉਨੀ ਅੱਗੇ ਜਾਊਗਾ ਗਿੱਲਾ ਮਾਰੇ ਤਾਂ ਹੋਰ ਗਿਰ ਜੂਗਾ ਨਹੀਂ ਉਹ ਤੋਂ ਪਹਿਲਾਂ ਤੋਪ ਹੈ ਨਹੀਂ ਸੀਗੀ ਤੋਪ ਮਾਰੇ ਕੋਲ ਇਹ ਸੀ ਸਾਰੇ ਅਸਲੇ ਸੀ ਮਾਰੇ ਕੋਲ ਸਾਰੇ ਸ਼ਸਤਰ ਸੀ ਫਿਰ ਉਹਨਾਂ ਨੂੰ ਉਹਨਾਂ ਕੋਲ ਤੋਪ ਸੀ ਤੁਹਾਡੀ ਤੋਪ ਦੀ ਖਾਸ ਗੱਲ ਕੀ ਸੀ ਉਹ ਸਾਡੀ ਤੋਪ ਸੀ ਜਿਹੜੀ ਉਹਨਾਂ ਨੂੰ ਤੋਪ ਬਣਾ ਕੇ ਇਸ ਤਰ੍ਹਾਂ ਦਿੱਤੀ ਵੀ ਇਹਨਾਂ ਕੋਲ ਵੀ ਤੋਪ ਹੈਗੀ ਹੈ ਸਾਨੂੰ ਸਿੱਖਣ ਦੀ ਲੋੜ ਨੀ ਹੈ ਬਣਾਵੇ ਤੂੰ ਸਾਨੂੰ ਆਤੰਕਵਾਦ ਘੋਸ਼ਿਤ ਕਰ ਦੂਗੀ ਸਰਕਾਰ ਬਣਾਈ ਤੂੰ ਨਹੀਂ ਬਣਾ ਸਕਦੇ ਅਸੀਂ ਬਣਾ ਦੇਵਾਂਗੇ ਆਹ ਛੋਟੀ ਤੋਪ ਬਣਾ ਦਾਂਗੇ ਵੱਡੀ ਨਹੀਂ ਬਣੂਗੀ ਤੋਂ ਜਿਹੜੇ ਹੱਥ ਵਿੱਚ ਫੜਦੇ ਆ ਬੰਦੂਕ ਬਣਾ ਦਾਂਗੇ ਟੋਪੀਦਾਰ ਅਜੇ ਵੀ ਬੰਦੂਕ ਬਣਾ ਸਕਦੇ ਆ ਅਸੀਂ ਬੰਦੇ ਹੀ ਬਣਾਉਂਦੇ ਨੇ ਕਿਹੜਾ ਤੋ ਹੁਣ ਹਜ਼ੂਰ ਸਾਹਿਬ ਪਈ ਹੈ ਹਜ਼ੂਰ ਸਾਹਿਬ ਪਈ ਹੈ ਜਿਹੜੀ ਮਾਤਾ ਸੇਵ ਦੇਵਾ ਦੀ ਛੋਟੀ ਤੋਪ ਪਈ ਹੈ ਉਹ ਵੀ ਸਾਡੀ ਬਣੀ ਹੋਈ ਮੋਢੇ ਤੇ ਰੱਖ ਕੇ ਚਲਾਉਂਦੀ ਸੀ ਮਾਤਾ ਆਹੋ ਉੱਥੇ ਜਾ ਕੇ ਦੇਖੋ ਜਾ ਕੇ ਦਰਸ਼ਨ ਕਰੋ ਪਿੱਤਲ ਰੰਗ ਦੀ ਤੋਪ ਹੈ ਉਹ ਪਿੱਤਲ ਦੀ ਹੈ ਤੋਪ ਜਿਹੜੇ ਹਜ਼ੂਰ ਸਾਹਿਬ ਪਈ ਹੈ ਥੱਲੇ ਸਥਾਨ ਉੱਥੇ ਪਈ ਹੈ ਉੱਥੇ ਪਈ ਹੈ ਪੰਜ ਪੈਰਾਂ ਦੇ ਜਿਹੜੇ ਹੁਣ ਬੰਦੂਕ ਵੀ ਪਈ ਹੈ ਉੱਥੇ ਉਹ ਵੀ ਸਾਡੀ ਬਣੀ ਹੋਈ ਹੈ ਉਹਦੇ ਤੋਂ ਪੂਰਾ ਸਪੇਤਾ ਹੀ ਜੜਿਆ ਪਿਆ ਹੈ ਮਗਰਲੇ ਪਾਸੇ ਕਾਠ ਕੂਠ ਨਹੀਂ ਬਣਾ ਰੱਖਿਆ ਉਹਦੇ ਪੈਪ ਜੜ ਕੇ ਮੈਂ ਲੱਕੜ ਵੱਢ ਗਏ ਉਹਦੇ ਤੋਂ ਜੜ ਦਿੱਤੀ ਬਸ ਮਾਤਾ ਕੀਤਾ ਕਿਸ ਤਰ੍ਹਾਂ ਚਲਾਉਂਦੀ ਸੀ ਉਹ ਇੰਨੀ 17-18 ਪੁੜਦੀ ਸੀ ਉਹ ਬੰਦੂਕ ਇੰਨੀ ਕਿਰਪਾ ਸੀ ਦੇ ਕੱਲੀ ਚਲਾਉਂਦੀ ਸੀ ਉਹ ਹਾਂ ਛੱਤ ਦੇ ਨਾਲ ਲੱਗੀ ਹੋਈ ਉਹ ਤਿੰਨੇ ਬੰਦੂਕਾਂ ਉੱਥੇ ਹਾਂ ਉੱਥੇ ਲੜਦੀ ਰਹੀ ਸੀ ਬਹੁਤ ਉੱਚੀ ਉਹ ਤੋਪ ਅਜੇ ਵੀ ਉਹ ਚਲਦੀ ਨਾ ਉਹ ਅਜੇ ਵੀ ਬਰੂਦ ਵਰਦੀ ਹੈ ਨਾ ਉਹਨਾਂ ਨੇ ਅਜੇ ਵੀ ਚਲਦੀ ਨਾ ਉਹ ਜਿੰਨੇ ਵੀ ਹੁਣ ਹਜ਼ੂਰ ਸਾਹਿਬ ਦੇ ਵਿੱਚ ਜਿੰਨੇ ਵੀ ਬਾਰੇ ਦੇ ਸ਼ਸਤਰ ਪਏ ਨੇ ਬੰਦੂਕਾਂ ਪਏ ਨੇ
अजे भी कमरा भरे पै फुल सालों साल अच्छी सेवा करते हैं उत्ते तो साढ़े सिकली कर साफ कर दिए उन्होंने हजूर साहब आहो जड़ती अदेले अदेले जड़ दीती ले क्या बात है बल्ले शेरा शाबाश जले फड़ के रखे नो इधर ये साडे जिम्मे बच्चे ही साडा कारीगर जम्मूगा कारीगर जो महाराज ने वरदान दिता होया भले जे तुसी तोप नहीं बनाई अपनी जिंदगी च पर बना सकदे हो थोड़े खून च हैगा भाई हां ए आगदा मैं भी गल करांगा हां कर गल कर की बोलेगा बोल आ किने बनाई है आने बनाई है फिर मैं बनाई तू बनाई है ठीक है बापू ने बनाई है बापू ने कहे किथे पूछ रहे सी तुसी मैं क्या उथे नादेड़ साहब हजूर साहब उथे जेडी शस्त्र पए ने उना दी सेवा कौन करदा फिर उथे साडे सिगलीकर करदे ने सिगलीकर से हां अच्छा होर नहीं होर कोई गल कर ही नहीं सकदा कदों करदे हुंदे ने ओ हर दिवाली ते अच्छा सालों साल पहले सिगलीकर से करदे हां कोई नहीं कर सकता तुहानू पता ही नहीं है कि कर रहे हैं ओदे ते तो सोना चांदी की कढ़ाई है शस्त्र ते हां बंदूकां ते बंदूकां तो ਤੁਹਾਡੇ ਵਰਗੇ ਨੂੰ ਦਿਆਂਗੇ ਤੁਸੀਂ ਤਾਂ ਘਸਾ ਦੋਗੇ ਖਰਾਬ ਕਰ ਦੋਗੇ ਮਾਰ ਮਾਰ ਕੇ ਮੈਂ ਅਸੀਂ ਇਹ ਇਸੇ ਹਿਸਾਬ ਨਾਲ ਉਹਦੀ ਸੇਵਾ ਕਰਦੇ ਆ ਉਹ ਸਾਡੇ ਬੰਦੇ ਕਰਦੇ ਆ ਉੱਥੇ ਇਸੇ ਹਿਸਾਬ ਨਾਲ ਸਸਤਰ ਫਸਟ ਕਲਾਸ ਉਹ ਇੱਜ਼ਤ ਦੇ ਵੇਚੇ ਪਏ ਨੂੰ ਜਾ ਕੇ ਨਹੀਂ ਵੀ ਦਰਸ਼ਨ ਕਰ ਸਕਦੇ ਸ਼ਸਤਰ ਤਿਆਰ ਕਰਨਾ ਵੀ ਕਲਾ ਹੈ ਹਾਂ ਆਹੋ ਦਰਜੀ ਹੈ ਜਿਹੜਾ ਉਹ ਆਪਦੀ ਕਲਾ ਨਾਲ ਕੱਪੜਾ ਵੜਦਾ ਹੈ ਜਿਹੜਾ ਸੁਨਿਆਰ ਹੈ ਉਹ ਆਪਦੀ ਕਲਾ ਨਾਲ ਸੋਨਾ ਘੜਦਾ ਹੈ ਜਿਹੜਾ ਮਿਸਤਰੀ ਲੋਹਾਰ ਹੈ ਉਹ ਆਪਦੀ ਕਲਾ ਨਾਲ ਸ਼ਸਤਰ ਬਣਾਉਂਦਾ ਹੈ ਇਹ ਆਪ ਦੀ ਕਲਾ ਦਿੱਤੀ ਹੋਈ ਹੈ ਮਹਾਰਾਜ ਨੇ ਬਾਕੀ ਵਾਹਿਗੁਰੂ ਦੀ ਕਿਰਪਾ ਹੈ ਬਾਕੀ ਹੁਣ ਖਾਲਸੇ ਨੂੰ ਲੋੜ ਪੈਂਦੀ ਹੈ ਸ਼ਸਤਰਾਂ ਦੀ ਦਾਸ ਮਦਦ ਕਰਦਾ ਹੈ ਅੱਛਾ ਉਦੋਂ ਫਿਰ ਸਿਕਲੀਗਰ ਸਿੱਖ ਕਿੱਥੇ ਕਿੱਥੇ ਸੀਗੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤੁਹਾਨੂੰ ਲਗਭ ਦਿੱਤਾ ਸਿਕਲੀਗਰ ਦਾ ਕਿੰਨਾ ਕਿੰਨਾ ਥਾਵਾਂ ਤੇ ਜਾ ਕੇ ਵਸੇ ਜਿਵੇਂ ਹੁਣ ਤੁਸੀਂ ਮਹਾਰਾਸ਼ਟਰ ਜਿਹੜੇ ਸਿਕਲੀਗਰ ਸਿੱਖ ਨੇ ਉਹ ਉੱਥੇ ਹੀ ਰਹਿੰਦੇ ਨੇ ਜਾਂ ਤੁਸੀਂ ਜਾਂਦੇ ਹੋ ਸੇਵਾ ਕਰਨ ਨਹੀਂ ਅਸੀਂ ਤਾਂ ਆਪਦੀ ਕਾਰੋਬਾਰ ਕਰਨ ਵਾਸਤੇ ਜਾਂਦੇ ਹਾਂ ਅੱਛਾ ਦੁਕਾਨਾਂ ਉੱਥੇ ਮਤਲਬ ਸਿਕਲੀਗਰ ਸਿੱਖ ਵਸੇ ਹੋਏ ਨੇ ਉੱਥੇ ਵਸੇ ਉਹ ਉੱਥੇ ਸੇਵਾ ਕਰਦੇ ਆ ਅੱਛਾ ਇਹ ਕਿਵੇਂ ਸਾਰੀ ਥਾਵਾਂ ਤੇ ਖਿੰਡ ਕੇ ਵਸ ਗਏ ਹੁਣ ਗੁਜਰਾਤ ਚਲ ਜਾ ਉੱਥੇ 5 ਲੱਖ ਘਰ ਰਹੇ ਨੇ ਸਾਡੇ ਸਿਕਲੀਗਰ ਆ ਸਿਕਲੀਗਰ ਸਿੱਖਾਂ ਦੇ 5 ਲੱਖ ਹਾਂ ਤੁਸੀਂ ਇੱਕ ਇੱਕ ਵਾਰ ਇੰਟਰਵਿਊ ਉੱਥੇ 5 ਲੱਖ ਘਰ ਰਹੇ ਕਿ 5 ਲੱਖ ਸਿਕਲੀਗਰ ਸਿੱਖ ਨੇ 5 ਲੱਖ ਸਿਕਲੀਗਰ ਉੱਥੇ ਰਹਿ ਰਹੇ ਨੇ ਘਰ ਨਹੀਂ 5 ਲੱਖ ਬੰਦੇ 5 ਲੱਖ ਸਿਕਲੀਗਰ ਬੰਦੇ ਬੋਠਾ ਮਤਲਬ ਇੰਨੇ ਸਿਕਲੀਗਰ ਗੁਜਰਾਤ ਦੇ ਵਿੱਚ ਰਹਿ ਰਹੇ ਨੇ ਫਿਰ ਇੱਧਰ ਆਗਰਾ ਚਲ ਜਾ ਆਗਰਾ ਮਥਰਾ ਜਿੱਲੀ ਵੀ ਬੰਬੇ ਸਾਰੇ ਥਾਂ ਦੇ ਸਿਕਲੀਗਰ ਰਹਿ ਰਹੇ ਸਾਡੇ ਫਿਰ ਇੱਧਰ ਰਾਜਸਥਾਨ ਆ ਜਾ ਪੂਰੇ ਰਾਜਸਥਾਨ ਜੈਪੁਰ ਅਲਵਰ ਛੱਤੀਸਗੜ੍ਹ ਜਿੰਨੇ ਵੀ ਸਾਡੇ ਸਿਕਲੀਗਰ ਅਲਵਰ ਦੇ ਵਿੱਚ ਵੀ ਬਹੁਤ ਜ਼ਿਆਦਾ ਨੇ ਜੈਪੁਰ ਦੇ ਵਿੱਚ ਵੀ ਇਹ ਨੇ ਔਰ ਗੰਗਨਗਰ ਯੂਪੀ ਸਾਰੀ ਥਾਂ ਦੇ ਸਿਕਲੀਗਰ ਹੈ ਸਿੱਖੀ ਦੇ ਵਿੱਚ ਪੂਰੇ ਪੱਕੇ ਅੱਛਾ ਉਹਨਾਂ ਦੇ ਜਵਾਕ ਹੈ ਜਿਵੇਂ ਹੁਣ ਸਾਡੇ ਜਵਾਕ ਦੇ ਵੀ ਦੇਲ ਜੁੜਾ ਹੈ ਇਹਦੇ ਬਾਲ ਨਹੀਂ ਕੱਟੇ ਅਸੀਂ ਇੱਕ ਮੇਰਾ ਭਤੀਜਾ ਬਿਮਾਰ ਹੈ ਅੱਛਾ ਉਹਦੇ ਮਾਰੇ ਤੋਂ ਥੋੜ੍ਹਾ ਜਿਹਾ ਥੱਲੇ ਗਿਰ ਗਿਆ ਸੀ ਲੋਕਡਾਊਨ ਦੇ ਵਿੱਚ ਉਹਦੇ ਬਾਲ ਵੇਖੇ ਨੀ ਲੰਬੇ ਲੰਬੇ ਨੇ ਅਸੀਂ ਕਟਾਏ ਨਹੀਂ ਅਜੇ ਵੀ ਵਿਚਾਰਾ ਮੰਜੇ ਤੇ ਪਿਆ ਹੈ ਅਜੇ ਵੀ ਹੁਣ ਇੰਨਾ ਪੈਸਾ ਨਹੀਂ ਹੈ ਉਹਦੇ ਆਪਰੇਸ਼ਨ ਕਰਾਦੇ ਵੀ ਅਸੀਂ ਹੁਣ ਮਿਹਨਤ ਕਰੀਏ ਤੇ ਆਪਰੇਸ਼ਨ ਕਰਾਈਏ ਅੱਛਾ ਤੁਸੀਂ ਹੁਣ ਨਾਗਣੀ ਬਣਾਉਂਦੇ ਹੋ ਬਰਛੇ ਬਣਾਉਂਦੇ ਹੋ ਡਾਂਗਾ ਹੋਰ ਤਿਆਰ ਕਰਦੇ ਹੋ ਤੁਸੀਂ ਆਪ ਕਦੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਬੰਦੂਕ ਬਣਾਈ ਆ ਹੁਣ ਤੈਨੂੰ ਕੀ ਦੱਸੀ ਉਹ ਸਾਰਾ ਦੱਸੀ ਜਾਂਦਾ ਹੁਣ ਹੁਣ ਬਣਾ ਲੈਂਦੇ ਆ ਤੈਨੂੰ ਦੱਸੀ ਜਾਂਦਾ ਮੈਂ ਬਣਾ ਲੈਂਦੀ ਆ ਅਸੀਂ ਬਣਾ ਲੈਂਦੇ ਠੀਕ ਹੁਣ ਇੱਥੇ ਲੋਵਾ ਹੋਏ ਤੋਂ ਮੈਂ ਇੱਥੇ ਬਣਾਦੇ ਆ ਉਰੇ ਹੋਰ ਉਹ ਤਾਂ ਕਰਨਾ ਕੀ ਹੈ ਟੇਪ ਲਿਓ ਉਹਨੇ ਆ ਪੇਪ ਜਿਹੜਾ ਆ ਮੈਂ ਇਹਦੇ ਕੋਲ ਇੱਕ ਮਿੰਟ ਹੁਣ ਆ ਪੇਪ ਹੈ ਇਹਨੂੰ ਵੱਢ ਕੇ ਇਹਨੂੰ ਤੋਫ ਬਣ ਜੂਗੀ ਇਹ ਬੰਦੂਕ ਬਣ ਜੂਗੀ ਅੱਛਾ ਇੱਥੇ ਲੱਕੜ ਲੁੱਕੜ ਸਾਰਾ ਕੁਝ ਪਿਆ ਹੈ ਇਹ ਵੀ ਤਾਂ ਦੇਖਣਾ ਪੈਂਦਾ ਵੀ ਇਹ ਮੁੜ ਕੇ ਫੁੱਲ ਨਾ ਬਣ ਜੇ ਨਹੀਂ ਫੁੱਲਦਾ ਆਪਾਂ ਪੱਕਾ ਲਿਆਂਗੇ ਪੱਕਾ ਪੇਪ ਲਿਆਂਗੇ ਪੂਰੀ ਪੱਕੀ ਰਾਡ ਹੋਵੇ ਠੀਕ ਹੈ ਸਟੀਅਰਿੰਗ ਤੇ ਜਿਹੜਾ ਚਲਦੀ ਹੈ ਟਰੱਕਾਂ ਦੇ ਵਿੱਚ ਹਾਂ ਰਾਡ ਨਹੀਂ ਆਉਂਦੀ ਉਹਦੇ ਵਿੱਚ ਉਹਦੀ ਬਣਦੀ ਹੈ
ਹੁਣ ਤੈਨੂੰ ਸਾਰੇ ਦੱਸਣਾ ਪਊਗਾ ਤੁਸੀਂ ਪੱਤਰਕਾਰ ਹੋ ਤੁਸੀਂ ਅੜਾ ਲੈ ਲੈ ਇਹ ਛਾਤੀ ਤੇ ਕੀ ਹੋਇਆ ਮੈਂ ਗਲੇ ਤੇ ਸਾਰਾ ਇਹ ਤੋਂ ਅੱਗ ਲੱਗੀ ਸੀ ਬਾਬਾ ਜੀ ਕਿਤੇ ਹੱਥ ਤੇ ਵੀ ਹਾਂ ਹਾਂ ਅੱਛਾ ਉਹ ਅੱਗ ਲੱਗੀ ਸੀ ਇਹ ਕਿਵੇਂ ਉਹ ਮੇਰੇ ਵੀ ਤਾਂ ਕੱਚੇ ਕੋਲੇ ਸੀ ਨਾ ਹਾਂ ਜਵਾਕ ਵਿਚਾਲੇ ਆ ਗਏ ਸੀ ਉਹਨੇ ਮੁੱਠੀ ਭਰ ਕੇ ਗੇਰਤੀ ਸੀ ਅੱਛਾ ਉਹ ਭੁੱਖਾ ਪੈਣ ਲੱਗੇ ਜਵਾਕ ਨੂੰ ਬਚਾ ਕੇ ਮੈਂ ਡਾਲਾ ਦੂੜਾ ਸਾਰਾ ਸੜ ਗਿਆ ਸੀ ਮੱਟੀ ਦੇ ਅੱਛਾ ਤੁਸੀਂ ਸਭਾ ਤੇ ਆਉਂਦੇ ਹੋ ਹੋਰ ਮੇਲਿਆਂ ਤੇ ਜਾਂਦੇ ਹੋ ਥਾਵਾਂ ਥਾਵਾਂ ਤੇ ਤੇ ਬਾਕੀ ਜਿਹੜੇ ਹੈਗੇ ਨੇ ਬਾਕੀ ਦਿਨ ਸਭਾਵਾਂ ਤੋਂ ਮੇਲਿਆਂ ਤੋਂ ਇਲਾਵਾ ਜਿਹੜੇ ਬਾਕੀ ਦਿਨ ਨੇ ਉਦੋਂ ਕੀ ਕਰਦੇ ਹੋ ਉਦੋਂ ਫਿਰ ਬਿਲਡਿੰਗ ਦਾ ਸਰੇ ਦਾ ਕੰਮ ਕਰਦੇ ਆ ਕੀ ਸਰੀਏ ਦਾ ਜਿਹੜੇ ਹੁਣ ਤੁਸੀਂ ਕੋਠੀ ਪਾ ਰਹੇ ਹੋ ਹਾਂ ਕੋਠੀ ਦੇ ਉੱਤੇ ਸਰੇ ਪਊਗਾ ਲੈਂਟਰ ਲੈਂਟਰ ਜਾਲ ਬੰਨਦੇ ਜਾਲ ਉਹਦੇ 'ਚ ਬੀਮ ਪਊਗਾ ਬੀਮ ਪੇ ਕੇ ਉਹਦੇ ਵਿੱਚ ਸਰਿਆ ਪਾ ਦਾਂਗੇ ਸਰਿਆ ਪਾ ਕੇ ਮਿਸਤਰੀ ਆ ਕੇ ਗੋਲਿਆ ਭਰ ਦੂਗਾ ਅੱਛਾ ਉਹ ਕੰਮ ਕਰਦੇ ਬਾਕੀ ਸਾਰਾ ਦਿਨ ਉਹੀ ਚੱਲਦਾ ਕੰਮ ਹਾਂ ਅੱਛਾ ਬਾਕੀ ਸਾਰਾ ਜਿੰਨਾ ਤੁਹਾਡਾ ਲਾਣਾ ਇਹੀ ਕਰਦਾ ਬਾਕੀ ਤਾਂ ਮੈਂ ਤਾਂ ਗੁਰੂ ਘਰ ਦੀ ਸੇਵਾ ਕਰਦਾ ਹਾਂ ਗੁਰੂ ਘਰ ਦੀ ਬਾਕੀ ਇਹ ਮੇਰੇ ਭਰਾ ਭਰੂਏ ਨੇ ਉਹ ਸਰਿਆ ਦਾ ਕੰਮ ਕਰਦੇ ਬਿਲਡਿੰਗ ਦਾ ਕੰਮ ਕਰਦੇ ਨੇ ਅੱਛਾ ਮੈਂ ਜਿੱਥੇ ਦਾ ਆਣਾ ਨਾ ਠੀਕ ਹੈ ਉੱਥੇ ਦਾ ਠੀਕ ਹੈ ਸਿਗਲੀਗਰ ਸਮਾਲ ਦਾ ਉੱਥੇ ਗੁਰਦੁਆਰਾ ਗੰਗਾ ਨਗਰ ਉੱਥੇ ਗੁਰਦੁਆਰਾ ਗੁਰਦੁਆਰਾ ਹੈਗਾ ਗੰਗਾ ਨਗਰ ਦੇ ਵਿੱਚ ਆਪਣਾ ਬਾਬਾ ਪਚਿੱਤਰ ਸਿੰਘ ਦਾ ਕੀ ਬਾਤ ਸੋਹਣੀ ਹੈ ਲਿੰਗਾ ਸਿੰਘਾਂ ਦੀ ਲੇਲਾ ਨਾਲ ਸਾਲ ਲੱਗਿਆ ਅੱਛਾ ਬਾਕੀ ਸਾਰਿਆਂ ਦਾ ਜਿਹੜਾ ਗੁਜ਼ਰ ਬਸਰ ਉਹਦੇ ਬਾਰੇ ਦੱਸਿਓ ਵੀ ਕਿੱਦਾਂ ਪਰਿਵਾਰ ਰਹਿੰਦੇ ਨੇ ਕਮਾਈ ਕਿੱਥੋਂ ਹੁੰਦੀ ਹੈ ਜ਼ਿਆਦਾਤਰ ਬੱਚੇ ਪੜ੍ਹਦੇ ਨੇ ਜਾਂ ਨਹੀਂ ਪੜ੍ਹਦੇ ਹੁਣ ਮੈਂ ਦੱਸਾਂ ਤੈਨੂੰ ਆਪਣੇ ਇੱਕ ਤੋਂ ਇੱਕ ਆ ਕਮੀ ਹੈ ਸੋਨਵੀਂ ਕਮੇਟੀ ਹੈ ਜਿਹੜੀ ਹੋਰ ਪਾਸੇ ਪੈਸਾ ਲਾ ਦੂਗੀ ਹੋਰ ਪਾਸੇ ਕੋਈ ਖਰਚ ਕਰ ਦੂਗੀ ਪੈਸੇ ਗਰੀਬ ਸਿੱਖਾਂ ਦੇ ਉੱਤੇ ਖਰਚ ਨਹੀਂ ਕਰਦੀ ਪੈਸਾ ਨਾਲੇ ਕਹਿੰਦੇ ਉੱਥੇ ਰਾਸ਼ਨ ਵਗੈਰਾ ਜਾਂਦਾ ਰਾਸ਼ਨ ਦਿੱਤਾ ਜ਼ਰੂਰ ਰਾਸ਼ਨ ਵੰਡਿਆ ਉਹਨਾਂ ਨੇ ਜ਼ਰੂਰ ਅੱਛਾ ਪਰ ਸਾਡੇ ਬੱਚੇ ਦੀ ਜਿਹੜੀ ਪੜ੍ਹਾਈ ਹੈ ਨਾ ਮੈਂ ਇੱਕ ਹੋਰ ਸੋਨਵੀ ਕਮੇਟੀ ਤੇ ਅਗਰ ਹੋਰ ਵੇ ਥੋੜਾ ਜਿਹਾ ਸਾਡਾ ਗੁਜ਼ਰ ਬਸਰ ਆ ਜਿਹੜਾ ਪਰਿਵਾਰ ਦਾ ਉਹ ਕਿੱਦਾਂ ਚੱਲਦਾ ਅੱਜ ਜਿਹੜਾ ਸਿਕਲੀਗਰ ਸਿੱਖ ਸਮਾਜ ਹੈਗਾ ਉਹ ਚੱਲੀ ਜਾਂਦੇ ਹੁਣ ਟਾਈਮ ਪਾਸ ਕਰੀ ਜਾਂਦੇ ਅੱਛਾ ਜਿਵੇਂ ਜਿਵੇਂ ਹੁਣ ਹੁਣ ਦੇਖ ਲੈ ਰੋਜ਼ਗਾਰ ਕਰੀ ਜਾਂਦੇ ਨੇ ਹੁਣ ਜਿਵੇਂ ਰੋਟੀ ਬਣੀ ਜਾਂਦੇ ਉਹ ਖਾਈ ਜਾਂਦੇ ਨੇ ਬਸ ਠੀਕ ਹੈ ਕੋਈ ਦਿਹਾੜੀ ਕਰਦਾ ਹੈ ਕੋਈ ਠੇਕੇਦਾਰੀ ਕਰਦਾ ਹੈ ਇਸ ਤਰ੍ਹਾਂ ਚੱਲੀ ਜਾਂਦੇ ਹੈ ਬਸ ਪਰਿਵਾਰ ਸਾਰਾ ਨਾਲ ਚੱਲਦਾ ਫਿਰ ਨਾਲ ਨਾਲ ਹਾਂ ਜਿੱਥੇ ਜਿੱਥੇ ਜਾਂਦੇ ਸਾਡਾ ਪਰਿਵਾਰ ਸਾਡਾ ਨਾਲ ਹੀ ਜਾਂਦਾ ਹੈ ਅੱਛਾ ਅਸੀਂ ਨਾਲ ਹੀ ਰੱਖਦੇ ਹਾਂ ਪਰਿਵਾਰ ਘਰੇ ਨਹੀਂ ਛੱਡ ਕੇ ਆਉਂਦੇ ਅੱਛਾ ਹੁਣ ਤਾਲਾ ਲਾ ਕੇ ਆਏ ਹੋਏ ਨੇ ਘਰੇ ਜਿੰਨਾ ਲੱਗਿਆ ਹੋਇਆ ਉੱਥੇ ਠੀਕ ਹੈ ਦਿਹਾੜੀ ਟੁੱਟਦੀ ਫਿਰ ਮਗਰ ਦਿਹਾੜੀ ਹੁਣ ਉੱਥੇ ਚਾਲ ਆਈ ਨਹੀਂ ਹੁਣ ਉਹਨਾਂ ਨੂੰ ਪਤਾ ਹੈ 4-5 ਦਿਨ ਜਾਂ 10 ਦਿਨ ਚਾਲ ਆਈ ਨਹੀਂ ਬਿਲਡਿੰਗ ਦੀ ਅੱਛਾ ਤਾਂ ਹੁਣ ਜਦੋਂ ਹੁਣ ਚਾਲ ਆਊਗੀ ਉੱਥੇ ਆਪਣੇ ਫੋਨ ਮਾਰ ਦਾਂਗੇ ਉੱਥੇ ਦਿਹਾੜੀ ਆਰੇ ਚੱਲ ਜਾਣਗੇ ਉੱਥੇ ਕਰ ਦੇਣਗੇ ਕੰਮ ਗੰਗਾ ਨਗਰ 'ਚ ਕਿੰਨੀ ਕੁ ਵਸੂ ਹੈ ਸਿਕਲੀਗਰਾਂ ਦੀ ਗੰਗਾ ਨਗਰ ਦੇ ਵਿੱਚ ਹੈ ਕਰੀਬ 4500 ਘਰ ਹੈ ਅੱਛਾ ਸਾਡੇ ਸਾਡੇ ਠੀਕ ਹੈ ਬਾਬਾ ਜੀ ਤੁਸੀਂ ਵੀ ਤੁਸੀਂ ਕਿੱਥੋਂ ਬਾਬਾ ਜੀ ਮੈਂ ਤਾਂ ਪਟਿਆਲੇ ਦਾ ਮੈਂ ਇਹਨਾਂ ਨੂੰ ਜਾਣਿਆ 5-6 ਭਰਾ ਨੇ ਸਾਰੇ ਆਏ ਨੇ ਅੱਛਾ ਪਰਿਵਾਰ ਹੀ ਹੈ ਸਾਰਾ ਇਹਨਾਂ ਦਾ ਬਸ ਹੈ ਸਾਰਾ ਇਹਨਾਂ ਦਾ ਨਾ ਭੈਣਾਂ ਵੀ ਪਣਵਈਏ ਪਨੇਵੇਂ ਭਤੀਜੇ ਭਤੂਜੇ ਸਾਰਾ ਲਾਣਾ ਇਹਨਾਂ ਦਾ ਹੀ ਆ ਤੁਸੀਂ ਕਿਵੇਂ ਜਾਣਦੇ ਇਹਨਾਂ ਨੂੰ ਮੈਂ ਸ਼ਸਤਰ ਸ਼ਸਤਰ ਇਹਨਾਂ ਕੋਲੋਂ ਕਦੀ ਇੱਕ ਅੱਧਾ ਲੈ ਲੈਣਾ ਯਾਰ ਮੈਂ ਦੇਖਦਾ ਬੜੇ ਨਿਹੰਗ ਸਿੰਘ ਸਾਰੇ ਸ਼ਸਤਰ ਇਹਨਾਂ ਕੋਲੋਂ ਬਣਾਉਂਦੇ ਨੇ ਕੀ ਖਾਸ ਗੱਲ ਹੈ ਇਹਦੇ ਨਾਲ ਦੀ ਨਹੀਂ ਬਣਦੀ ਦੂਸਰਿਆਂ ਕੋਲ ਆਹ ਜਿਹੜੀ ਚੀਜ਼ ਇਹਦੇ ਕੋਲੋਂ ਮੈਂ ਲਈ ਸੀ ਮੈਂ ਫਿਰ ਚੜਾ ਲਈ ਸੀ ਇਹਨੇ ਮੈਨੂੰ ਫਿਲਮਾਂ 'ਚ ਵੀ ਪਹੁੰਚਾ ਤੇ ਇਹ ਮੇਰੀਆਂ ਫੋਟੋਆਂ ਲਿਆਉਂਦੀ ਆ ਰੋਜ਼ ਉਹ ਤੇ ਮੈਂ ਬਾਦਲਾਂ ਬੂਦਲਾਂ ਦਾ ਵੀ ਕੰਮ ਕਰ ਦਿੰਦਾ ਮਾੜਾ ਮੋਟਾ ਕੰਮ ਕਿਵੇਂ ਦਾ ਕਰਦੇ ਹੋ ਕਾਹਨੂੰ ਕਰਦੇ ਆ ਰਾਣਾ ਹੀ ਤੇ ਕਰਦੇ ਨਾ ਕੱਢ ਜਲੂਸ ਦੇ ਨਾਲ ਇਹਨਾਂ ਦਾ ਮੈਂ ਅੱਛਾ ਹਾਂ ਠੀਕ ਹੈ ਪਾ ਦੇ ਮੇਰੀ ਕੋ ਵੀਡੀਓ ਕੇ ਮੈਂ ਪਾਈ ਆ ਹੋਰ ਵੀ ਹੁਣ ਸਾਰਿਆਂ ਦੀ ਪਾਣੀ ਹੈ 3.5 ਲੱਖ ਕਰੋੜ ਯਾਰ ਇਹਨਾਂ ਨੇ 70 ਸਾਲਾਂ 'ਚ ਚੜਾਇਆ ਤੇ ਉਹਨੂੰ ਹੁਣ ਗਾਉਣ ਵਾਲੇ ਨੂੰ ਆਉਂਦੇ ਤੋਂ ਲਾ ਉਹ ਜੱਟ ਸੀ ਤੇ ਗਾਉਣ ਵਾਲਾ ਤੇ ਉਹ ਆ ਗਿਆ ਛੇ ਗੀ ਚੋਂ ਜਿਹੜੀ ਆ ਚੀਜ਼ ਤੁਸੀਂ ਕਹਿੰਦੇ ਹੋ ਤਿਆਰ ਕੀਤੀ ਹੈ ਇਹ ਕੋਈ ਹੋਰ ਨਹੀਂ ਕਰ ਸਕਦਾ ਇਹਦੇ ਨਾਲ ਉਹ ਯਾਰ ਨਹੀਂ ਗੱਲ ਨਹੀਂ ਬਣਦੀ ਅੱਛਾ ਗੱਲ ਨਹੀਂ ਬਣਦੀ ਜੱਟ ਤੋਂ ਬਗੈਰ ਖੇਤੀ ਨਹੀਂ ਹੁੰਦੀ ਜੱਟ ਹੀ ਕਰ ਸਕਦਾ ਖੇਤੀ ਬਾਣੀ ਨਹੀਂ ਕਰ ਸਕਦੀ ਤੇ ਸ਼ਸਤਰ ਵਾਲਾ ਕੰਮ ਸਿੱਖਲੀ ਕਰੀ ਕਰ ਸਕਦਾ ਇਹ ਹੀ ਕਰ ਸਕਦੇ ਨੇ ਇਹ ਡਰਦੇ ਹੋ ਸਬਦਾ ਤਾਂ ਨਹੀਂ ਬਣਾਉਂਦੇ ਬਣਾਉਣ ਨੂੰ ਤੇ ਬਣਾਉਂਦੇ ਨੇ ਯੂਪੀਓਂ ਯੂਪੀ ਲੋਕ ਬਣਾਉਂਦੇ ਨੇ ਉਹ ਕੱਟੇ ਜਾਏ ਉਹ ਗੱਲ ਨਹੀਂ ਬਣਦੀ ਜਿਹੜਾ ਇਹਨਾਂ ਦਾ ਬਣਿਆ ਮਿਰਸ ਨਹੀਂ ਰਹੂੰ ਨਹੀਂ ਮਿਰਸ ਹੁੰਦਾ ਜਿਵੇਂ ਆ ਰਹੀ ਨਾ ਮਿਰਸ ਹੁੰਦੀ ਬੰਦੂਕ ਗੌਰਮੈਂਟ ਦੀ ਮਿਰਸ ਹੋ ਜਾ ਥੋੜ੍ਹਾ ਮਿਰਸ ਹੋਏਗੀ ਇਹ ਨਾਲ ਹੀ ਬਣੀ ਨਹੀਂ ਉਹ ਹੁੰਦੀ
बड़ी मीडिया भी प्रचार चली जाता है जो काम भी चंगा आप बहादरियां बूदरियां जो भी काम होता असली असली गरीब करता है अमीरां दी तां मशहूरी हुंदी है मतलब जेड़ा खालस काम है वो इन्हां दे हिस्से है वो इन्हां दे हिस्से जिस तरह खेती जिमीदार नूं खेती दा फिर भी पता नहीं लगदा पर जिमीदार नूं फिर भी पता हुंदा है जेड़ा मुलाजम ने हुण जेड़े फौजी ने उन्हां नूं अपनी फौज दा पता उन्हां नूं भावें साडे मुंडे मांडे ने उन्हां नूं कोई नहीं पता उधर ही उन्हां दा ख्याल हो जांदा है जदी पुछती जरा काम ना एवं नहीं बजुर्ग आते फलाना यार फलाने का पोतरा ये नहीं भाई करा बादल की गल महाराज ने सानू सत्या है कच्चे नू पक्का बना के भी दिता है जिन्ना भी शस्त्र पिया सी ने सार पक्का करता पक्का किवें होंदा है ये भी दस दिंदा मैं तैनू कच्चे नू पक्का किवें होंदा है पहले तो उन्हू तपाओ लाल कर दियो उन्हू लाल करके फिर नून आला जिहड़ा डले आला नून नहीं होंदा पहले पाड़ी आला नून आंदा जिहड़ा उन्हू पा दियो फिटकड़ी पा दियो फिकड़ी पा दे फिर उन्होंने अंदर डबो दे पलात बन जूगी अच्छा जमा लोहा वर देंगे होनी वर देंगे कच्चे नु पक्का बना पकाने दी तुम दसी गल है कच्चे नु भी पक्का के में बनाना है और जेडी घटना वो तो 400 साल पुरानी है जेडी वो फलाद है वो किवें बनता है फलाद हाँ। फलाद तो फिटकड़ी नाल ही बन जूगी अच्छा ਜਿਹੜੀ ਫਿਟਕੜੀ ਪਾਣੀ ਵਿੱਚ ਪਾਉਂਦੇ ਨੇ ਉਹਦੇ ਨਾਲ ਫਲਾਦ ਬਣ ਜੂਗੀ ਹੁਣ ਉਹ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਨੇ ਹੁਣ ਫਲਾਦ ਕਿੱਥੇ ਆਉਂਦਾ ਹੈ ਫਲਾਦ ਮਿਲਦਾ ਹੀ ਨਹੀਂ ਪੱਕੇ ਨੂੰ ਫਲਾਦ ਰੱਖਦੇ ਨੇ ਬਸ ਅੱਛਾ ਜਿਹੜਾ ਪੱਕਾ ਲੋਹਾ ਹੁੰਦਾ ਹੈ ਨਾ ਉਹੀ ਫਲਾਦ ਹੁੰਦਾ ਹੈ ਰੇਲ ਗੱਡੀ ਵਾਲਾ ਜਿਹੜਾ ਰੇਲ ਗੱਡੀ ਦੇ ਥੱਲੇ ਚੱਲਦੇ ਨੇ ਉਹ ਸਾਰਾ ਫਲਾਦ ਹੀ ਹੈ ਸਾਰਾ ਅੱਛਾ ਪੱਕਾ ਹੀ ਉਹ ਰੇਲ ਗੱਡੀ ਦਾ ਸਾਰਾ ਜਿੰਨੇ ਵੀ ਸਮਾਨ ਹੈ ਉਹੀ ਫਲਾਦ ਹੀ ਉਹਨੂੰ ਉੱਟ ਕੇ ਬਣਾ ਦਿਓ ਅੱਗੇ ਜੰਗ ਵੇਲੇ ਦੇਵੋ अंतर की है जो फैक्ट्रिया चो तैयार होंगे जो हाथ नाल तैयार होंगे सांचे आ गए लोहा डालिया पाया तैयार हो बस ओदी पकियाई किन्नी है ਪਕਾਈ ਗੋ ਤੋਂ ਬਸ ਤੇ ਉਹ ਟਾਈਮ ਪਾਸ ਹੀ ਹੈ ਬਾਬਾ ਹੁਣ ਤਾਂ ਕੱਚਾ ਲੋਹਾ ਕੁੱਟੀ ਜਾਂਦੇ ਪੱਤੀ ਕੁੱਟੀ ਜਾਂਦੇ ਹੁਣ ਹੁਣ ਤੇ ਹੁਣ ਜਿਹੜੀ ਬਣਦੀ ਆ ਉੱਤੇ ਬੁੱਢਾ ਦਲ ਦੇ ਵਿੱਚ ਉਹ ਮਸ਼ੀਨ ਨਾਲ ਬਣਦੀ ਆ ਹਾਂ ਉਹ ਆਪਣੀ ਵੀ ਬੰਦੇ ਲੱਗੇ ਹੋਏ ਨੇ ਉੱਥੇ ਮਸ਼ੀਨ ਨਾਲ ਬਣਦੀ ਹੈ ਕਿ ਹੱਥ ਨਾਲ ਵੱਡੇ ਬੰਦੇ ਲੱਗੇ ਹੋਏ ਹੋਰ ਬੰਦੇ ਲੱਗੇ ਹੋਏ ਨੇ ਅੱਛਾ ਉੱਥੇ ਬੰਦੇ ਲੱਗੇ ਹੋਏ ਨੇ ਫੇਰ ਤੁਹਾਡੇ ਕੋਲੇ ਆਉਂਦੇ ਨੇ ਨਿਹੰਗ ਸਿੰਘ ਤਿਆਰ ਕਰਵਾਉਣ ਫੇਰ ਵੀ ਨਹੀਂ ਅਸੀਂ ਤਾਂ ਤਲਵਾਰਾਂ ਬੰਦ ਹੀ ਕਰਤੀ ਬਾਬਾ ਜੀ ਕਿਉਂ ਬਸ ਸਾਡੂ ਪੜਤਾ ਨਹੀਂ ਹੈ ਸਾਡੇ ਹੱਥੀ ਜਿਹੜੀ ਤਲਵਾਰ ਮਿਹਨਤ ਵਾਲੀ ਹੈ ਅੱਛਾ ਕਮਾਈ ਨਹੀਂ ਹੈ ਤੇ ਹਾਂ ਉਹਨੇ ਇੱਕ ਤਲਵਾਰ ਦਿਹਾੜੀ ਦੇ ਵਿੱਚ ਇੱਕ ਹੀ ਬਣਦੀ ਹੈ ਸਾਡੇ ਕੋਲੇ ਤਲਵਾਰ ਅੱਛਾ ਅਸੀਂ ਬਣਾ ਨਹੀਂ ਸਕਦੇ ਹਾਂ ਖਾਦਾ ਨਹੀਂ ਉਹਦੇ ਵਿੱਚ ਉਹਨ ਤੋਂ 5000 ਦੀ ਵਿਕੇ ਨਾ ਫਿਰ ਫਾਇਦਾ ਹੈ ਤਲਵਾਰ ਦਾ ਬਣਦੀਆਂ ਨੇ ਬੇਟਾ ਅੱਜ ਇਸੇ ਬਣਦੀਆਂ ਨੇ ਕੋਈ ਫਾਇਦਾ ਤਾਂ ਹੈ ਨਹੀਂ ਉੱਥੇ ਜਾਏਗੀ ਡੁਪਲੀਕੇਟ ਬਣੀ ਜਾਂਦੀ ਅੰਮ੍ਰਿਤਸਰ ਅੱਛਾ ਪੱਤੀ ਕੁੱਟੀ ਜਾਂਦੇ ਕੱਚੀ ਜਮਾ ਅੱਛਾ ਕੋਈ ਫਾਇਦਾ ਹੀ ਨਹੀਂ ਹੈ ਹੁਣ ਜਿਹੜੀ ਸਾਡੀ ਤਲਵਾਰ ਹੈ ਨਾ ਦਿਹਾੜੀ ਦੇ ਵਿੱਚ ਦੋ ਹੀ ਤਲਵਾਰ ਬਣੂਗੀ ਅੱਛਾ ਪੂਰੀ ਦਿਹਾੜੀ ਦੇ ਵਿੱਚ ਹਾਂ ਉਹ ਵੀ ਮਿਆਨ ਨਹੀਂ ਬਣੂਗਾ ਪੱਤਾ ਬਣੂਗਾ ਉਹਦਾ ਬਸ ਮਿਆਨ ਬਾਅਦ ਵਿੱਚ ਬਣੂਗਾ ਉਹ ਇਕੱਲਾ ਹੀ ਪੱਤਾ ਬਣੂਗਾ ਉਹਦਾ ਬਸ ਦਿਹਾੜੀ ਦੇ ਵਿੱਚ ਤਾਂ ਕਰਕੇ ਅਸੀਂ ਬੰਦ ਹੀ ਕਰਤਾ ਬਣਾਉਣ ਨੂੰ ਮੁੱਲ ਨਹੀਂ ਮਿਲਦਾ ਉਹਦਾ ਮੁੱਲ ਨਹੀਂ ਮਿਲਦਾ
बंदा बाबा जी मैं तलवार बनानी है तू मेनू एड्रेस दियो और जिन्ना तू मंगूगा माया उन्नी तेनू दे आंगे। अच्छा जिन्नी चाहिदी तेरे हाथ दी चाहिदी तलवार जिन्नी माया आखोगे उन्नी दे देंगे उन्नू एड्रेस देता कार्ड देता कार्ड दे के उन्नू घरे आओगे उन्नू तलवार बना के देनी है। अच्छा अच्छा एक दारू कुट देने जेड़ा दारू हुंदा बरूद वाला जेड़ा दारू उन्नू दारू भी कहिंदे ने दारू कुट देने मैं पटियाले रहना तो उत्थे रहिंदे ने एक बस्ती है वो दारू कुटियां दी बस्ती वजदी है वो मैनू लगता उहदा पछोकड़ भी इत्थों सिकली घरां नाल ही जुड़दा गल तां नहीं कदी होई पर मैनू लगता है कहिंदे उहनां नू दारू कुटियां ने वो दारू कुटे वो बरूद बनांदे ने फिर बरूद बनांदे ने दारू कुटे ताए आखदे उहनां नू की आखदे ने वो बरूद बनांदे होणे ने अच्छा दारू नाल अच्छा ओही तो तुवर नाल दी सारी चीज मेरा दादा तो रोंद भी बना दिंदा सी लोहे दे मेरा दादा ना लोहे दे रोंद बना दिंदा सी बरूद बना दिंदा सी अच्छा ऐ दारू दुरू लड़ा के मठा बुरू सारी चीजा लड़ा के त्यार ओ ते होर किला आ आ कील पा दियो एदे विच जेड़ी किला है ना सरकार तो पांदी है दूजी चीज असी बंबू बनावांगे ना बंबू एवें करके ना एवें करके हुण संत दरनेल सिंह जी जेड़े साडे बाबा जी जेड़े शहीद हो गए 84 वेले उन्हां नूं साडे बुजुर्ग जांदे सी दादे परदादे 5 रुपए दे 6 रुपए दे चला के देना चला के अमृतसर दे विच अरे एवें नहीं जेवे असी बैठे ने इस तरह बेचना उन्हां ने समान अच्छा ਪੰਡਾ ਤੇ ਪੰਡਾ ਭਰ ਭਰ ਕੇ ਬਾਬੇ ਨੂੰ ਦਿੱਤੀਆਂ ਸਾਰੀ ਚੀਜ਼ਾਂ ਐਵੇਂ ਫਿਰ ਬਾਬਾ ਜੀ ਤੂੰ ਕੀ ਆਖਦੀ ਸੀ ਤੁਹਾਡੀ ਤਲਾਸੀ ਨਹੀਂ ਹੋਊਗੀ ਲੈ ਕਰੋ ਤੁਸੀਂ ਪੰਥ ਦੀ ਸੇਵਾ ਕਰ ਰਹੇ ਹੋਗੇ 5 ਰੁਪਏ ਦਾ 6 ਰੁਪਏ ਦਾ 4 ਰੁਪਏ ਦਾ ਐਵੇਂ ਪੰਡ ਬੰਦ ਬੰਦ ਕੇ ਬੱਸਾਂ ਤੇ ਰੱਖ ਦੇਣਾ ਛਲ ਵੀ ਸਿੱਧੀ ਅੰਮ੍ਰਿਤਸਰ ਪਹੁੰਚਾਤਾ ਮਾਰ ਸਿੱਧੀ ਬਾਬੇ ਕੋਲ ਉੱਤਲੀ ਮੰਜ਼ਲ ਤੇ ਕਮਰਾ ਹੁੰਦਾ ਸੀ ਬਾਬਿਆਂ ਦਾ ਉੱਪਰਲੀ ਮੰਜ਼ਲ ਦੇ ਵਿੱਚ ਦੂਜੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਬਾਬਾ ਜੀ ਆ ਮਾਇਆ ਤੁਸੀਂ ਪੰਥ ਦੀ ਸੇਵਾ ਕਰ ਰਹੇ ਹੋ ਤੁਸੀਂ ਕਿ ਤੁਹਾਡੀ ਤਲਾਸੀ ਨਹੀਂ ਹੋਊਗੀ ਔਰ ਵਾਕਈ ਮੈਂ ਕਿਸੇ ਦੀ ਇੰਨੀ ਪੁਲਿਸ ਦਾ ਘੇਰਾ ਹੁੰਦਾ ਸੀ ਕਿਸੇ ਨੇ ਤਲਾਸੀ ਨਹੀਂ ਕੀਤੀ ਇੰਨੀ ਮਾਂ ਦੀ ਕਿਰਪਾ ਮਹਾਂਪੁਰਸ਼ਾਂ ਦਾ ਬਚਨ ਪੱਕਾ ਦੇ ਜਿਹੜੇ ਕਲਾ ਹੈ ਹਨਾ ਤੁਹਾਡੀ ਕਲਾ ਹੈ ਕਲਾ ਹੈ ਵਾਹਿਗੁਰੂ ਦੀ ਇਹ ਛੇਵੇਂ ਪਾਸੇ ਇਹ ਕਲਾ ਦੇ ਵਿੱਚ ਹੋਰ ਜਿਹੜਾ ਬਰਕਤ ਹੋਈ ਹਨਾ ਗੁਰੂ ਪਾਤਸ਼ਾਹ ਨੇ ਤੁਹਾਨੂੰ ਸੀਸ ਦਿੱਤੀ ਹਨਾ ਥਾਪੜਾ ਦਿੱਤਾ ਤੇ ਤੁਹਾਨੂੰ ਤਾਂ ਉਹਨਾਂ ਨੇ ਲਾਇਸੈਂਸ ਦਿੱਤਾ ਹੋਇਆ ਮਹਾਰਾਜ ਨੇ ਦਿੱਤਾ ਹੋਇਆ ਅੱਜ ਵੀ ਜਿਹੜੇ ਸ਼ਸਤਰ ਬਣਦੇ ਨੇ ਹਨਾ ਫੌਜਾਂ ਸ਼ਸਤਰ ਹੀ ਬਣਾਉਂਦੀਆਂ ਨੇ ਦੇਸ਼ ਦੀਆਂ ਜਿਹੜੀਆਂ ਨੇ ਉਹ ਚਲਾਉਂਦੀਆਂ ਨੇ ਕਿੰਨੀਆਂ ਕੰਪਨੀਆਂ ਬਣਾਈਆਂ ਹੋਈਆਂ ਨੇ ਸ਼ਸਤਰ ਬਣਾਉਂਦੇ ਨੇ ਪਰ ਤੁਸੀਂ ਇਹ ਜਿਹੜਾ ਕਿਸੇ ਨਿਰਦੋਸ਼ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਲਈ ਕਦੇ ਸ਼ਸਤਰ ਦੀ ਵਰਤੋਂ ਨਹੀਂ ਕੀਤੀ ਪਰ ਤੁਹਾਡੇ ਕੋਲੇ ਲਾਇਸੈਂਸ ਜਿਹੜਾ ਉਹ ਸੱਚੇ ਪਾਤਸ਼ਾਹ ਦਾ ਹੈਗਾ ਪਾਤਸ਼ਾਹ ਵਾਹਿਗੁਰੂ ਦਾ ਲਾਇਸੈਂਸ ਗੁਰੂ ਹਰਗੋਬਿੰਦ ਪਾਤਸ਼ਾਹ ਕੋਈ ਕੰਪਨੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੰਪਨੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੀ ਹੈ ਛੇਵੇਂ ਪਾਤਸ਼ਾਹ ਦੀ ਉਹਦੀ ਕੰਪਨੀ ਹੈ ਬਸ ਛੇਵੇਂ ਪਾਤਸ਼ਾਹ ਦੀ ਕੰਪਨੀ ਅਜੇ ਤੱਕ ਚੱਲ ਰਹੀ ਹੈ ਸਾਰੀ ਉਹਦੀ ਕੰਪਨੀ ਹੈ ਲੋੜ ਹੀ ਨਹੀਂ ਡਰਨ ਦੀ ਉਹ ਚੱਲੇਗੀ ਇਹ ਕੰਪਨੀ ਉਸੇ ਦੀ ਚੱਲ ਰਹੀ ਹੈ ਪਰ ਮਹਾਰਾਜ ਨੇ ਆਖਿਆ ਸੀ ਖਾਓ ਪੀਓ ਮੋਜਾ ਕਰੋ ਬਸ ਅਸੀਂ ਇੰਨਾ ਪੈਸਾ ਘੁਮਾ ਕੇ ਲੈ ਕੇ ਜਾਂਦੇ ਹਾਂ ਹੱਥੋ ਹੱਥ ਵਰਤੂ ਵਰਤ ਦਿੰਦੇ ਨਾ ਜੁੜਦਾ ਨਹੀਂ ਸਾਡਾ ਪੈਸਾ ਇਹ ਜਬ ਕੀ ਤਾਂ ਕੀ ਪ੍ਰਧਾਨ ਦੇ ਗਿਆ ਮਹਾਰਾਜ ਸਾਹਿਬ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਕਮਾਈ ਤਾਂ ਹੁਣ ਕੋਈ ਕੋਈ 50,000 ਕਮਾ ਕੇ ਲੈ ਜਾ ਕੋਈ 20,000 ਕਮਾ ਕੇ ਲੈ ਜਾ ਕੋਈ 30,000 ਕਮਾ ਕੇ ਲੈ ਜਾ ਰਹੇ ਉਹ ਜਾ ਕੇ ਉੱਥੇ ਖਾ ਜਾਣਗੇ ਬਸ ਪਰਿਵਾਰ ਤਾਂ ਚਲਾਉਣਾ ਹੀ ਹੈ ਹਾਂ ਪਰਿਵਾਰ ਚਲਾਣਾ ਇੱਥੇ 50,000 ਮਹੀਨੇ ਚ ਲੋਕੀ ਕਮਾਉਂਦੇ ਨੇ ਉਹ ਖਾ ਜਾਂਦੇ ਨੇ ਉਹ ਖਾ ਜਾਂਦੇ ਨੇ ਤਾਂ ਫੇਰ ਕਿੰਨੇ ਸਾਲਾਂ ਬਾਅਦ ਪੂਰੇ ਸਾਲ ਬਾਅਦ ਆਉਂਦੇ ਉਹ ਤਾਂ ਸਾਲ ਦੇ ਬਾਅਦ ਆਉਂਦੇ ਨੇ ਹਾਂ ਜੁੜਦਾ ਨਹੀਂ ਪੈਸਾ ਸਭ ਵੀ ਜਾਂਦੇ ਨੇ ਕੀ ਬੱਕੀ ਚੱਕਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਣੀ ਕੋਈ ਮਹਾਰਾਜ ਨੇ ਜਿਵੇਂ ਭਾਈ ਮਰਦਾਨੇ ਨੂੰ ਨਹੀਂ ਨਾ ਪੈਸੇ ਜੋੜਨ ਦਿੰਦੇ ਸੀ ਆਹੋ ਰੱਖਣ ਨਹੀਂ ਦਿੰਦੇ ਸੀ ਨਹੀਂ ਉਵੇਂ ਦੀ ਕੋਈ ਕਲਾ ਲੱਗਦੀ ਹੈ
ਸਾਨੂੰ ਖਜ਼ਾਨਾ ਦਿੱਤਾ ਸੀ ਮਹਾਰਾਜ ਨੇ ਛੇਵੇਂ ਪਾਸਾ ਨੇ ਕਿਵੇਂ ਵੇਖ ਜਿੰਨਾ ਵੀ ਖਜ਼ਾਨਾ ਹੈ ਨਾ ਤੁਸੀਂ ਚੱਕ ਲਿਓ ਜਿੰਨਾ ਚੱਕ ਹੁੰਦਾ ਹੈ ਮਹਾਰਾਜ ਨੇ ਆਖਿਆ ਇਹ ਤੁਹਾਡੀ ਜਿਹੜੀ ਫਾਰਸੀ ਹੈ ਨਾ ਉਹ ਨਾ ਮਾਰੀ ਗਏ ਸਾਡੀ ਫਾਰਸੀ ਹੈ ਜਿਹੜੀ ਉਹ ਨਾ ਮਾਰੀ ਗਏ ਕਦੋਂ ਖਜ਼ਾਨਾ ਗਾਇਬ ਹੋ ਜਾਊਗਾ ਅੱਛਾ ਫਾਰਸੀ ਕਿਹੜੀ ਹੋਈ ਉਹ ਜਿਹੜੀ ਫਾਰਸੀ ਹੈ ਜਿਹੜੀ ਉਹ ਜਿਹੜੀ ਫਾਰਸੀ ਸਾਡੇ ਬੰਦਿਆਂ ਨੇ ਮਾਰਤੀ ਉਸ ਟਾਈਮ ਹੀ ਕਿਹੜੀ ਉਹ ਬਈ ਨੁਕਲੋ ਨੁਕਲੋ ਹਾਂ ਨੁਕਲੋ ਦਾ ਮਤਲਬ ਵੀ ਚੱਕ ਲਿਓ ਅੱਛਾ ਜਿੰਨੇ ਚੱਕ ਹੁੰਦਾ ਹੈ ਅੱਛਾ ਅੱਛਾ ਉਹ ਬੋਲਿਆ ਨੁਕਲੋ ਤੇ ਉਹ ਅਰਥ ਸੀ ਉਹਦਾ ਚੱਕ ਲਿਓ ਅੱਛਾ ਉਹਨੂੰ ਤੇ ਆ ਨੁਕਲੋ ਨੁਕਲੋ ਜਿੰਨੇ ਮਰਜੀ ਨੁਕਲੋਗੇ ਹਾਂ ਉਹ ਨੁਕਲੋ ਕਿਤਾ ਉੱਥੇ ਖਜ਼ਾਨੇ ਹੀ ਗਾਇਬ ਹੋ ਗਏ ਅੱਛਾ ਸਾਰਾ ਲੋਹਾ ਬਣ ਗਿਆ ਜਿਹੜੀ ਮਾਇਆ ਸੀ ਨਾ ਉਹ ਸਾਰਾ ਲੋਹਾ ਬਣ ਗਿਆ ਫਿਰ ਉਹਨੂੰ ਮਹਾਰਾਜ ਨੇ ਆਖਿਆ ਤੁਸੀਂ ਹੁਣ ਲੋਹੇ ਦੇ ਨਾਲ ਹੀ ਪਿਆਰ ਕਰੋ ਤੁਸੀਂ ਮਾਰੋ ਮੋਜਾ ਲੋਹੇ ਤੁਹਾਨੂੰ ਲੋਹਾ ਹੀ ਪ੍ਰਵਾਨ ਮਿਲੂਗਾ ਸਾਰਾ ਹੀ ਤੁਹਾਨੂੰ ਲੋਹੇ ਦੇ ਵਿੱਚ ਮੱਥਾ ਮਾਰ ਦੇ ਨੁਕਲੋ ਲਾਗੇ ਇਹ ਫਾਰਸੀ ਹੈ ਫਾਰਸੀ ਹੈ ਸਾਡੀ ਗੁਰੂ ਸਾਹਿਬ ਕਹਿੰਦੇ ਸੀ ਆਹ ਉਹ ਪਰ ਤੁਹਾਡੀ ਫਾਰਸੀ ਨਾ ਮਰੀ ਗਈ ਬਸ ਉੱਥੇ ਕੰਮ ਸਾਡਾ ਖਰਾਬ ਹੋ ਗਿਆ ਬਸ ਛੇ ਮਹੀਨੇ ਦਾ ਬੱਚਾ ਹੈ ਉਹਨੇ 5 ਸਾਲ ਦਾ ਬੱਚਾ ਹੈ ਖਰਚਾਈ ਜਾਂਦਾ ਥੋੜੀ ਅੱਛਾ ਪਰਿਵਾਰ ਚ ਫਿਰ ਜਿਹੜੇ ਸਿੱਖ ਲੀਗਰ ਪਰਿਵਾਰ ਨੇ ਕਲਾ ਤੋਂ ਦੂਰ ਨੀ ਹੋ ਸਕਦੇ ਬਿਲਕੁਲ ਕਲਾ ਬਿਲਕੁਲ ਨੀ ਪਲ ਨੀ ਦੂਰ ਹੋ ਸਕਦੇ ਬਾਣੀ ਸਿਵਰੇ ਜਾਂਦੀ ਨੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣੇ ਗੁਰਦੁਆਰੇ ਮੱਥਾ ਟੇਕ ਕੇ ਆਪ ਦੇ ਕੰਮ ਤੇ ਨਿਕਲ ਜਾਂਦੇ ਨੇ ਗੁਰਦੁਆਰੇ ਨੇ ਵੱਖਰਾ ਬਣਾਇਆ ਹੈ ਗੁਰਦੁਆਰਾ ਤੂੰ ਵੇਖੋ ਵੱਡਾ ਸਾਰਾ ਗੁਰਦੁਆਰਾ ਹੈ ਸਾਡਾ ਪਹਿਲੇ ਜਗਤਾਰ ਸਿੰਘ ਸਾਡਾ ਜਥੇਦਾਰ ਸੀ ਪਹਿਲੇ ਮੇਰਾ ਦਾਦਾ ਜਥੇਦਾਰ ਸੀ ਮੰਠਾਰ ਸਿੰਘ ਜਥੇਦਾਰ ਮੰਠਾਰ ਸਿੰਘ ਗੁਰੂ ਨਾਨਕ ਦਲ ਦੇ ਸੀ ਉਹਦੇ ਬਾਅਦ ਫਿਰ ਮੇਰਾ ਚਾਚਾ ਜਥੇਦਾਰ ਸੀ ਉਹਨਾਂ ਦਾ ਭਤੀਜਾ ਭਤੀਜੇ ਸੀ ਉਹ ਜਗਤਾਰ ਸਿੰਘ ਜਥੇਦਾਰ ਉਹਨਾਂ ਨੇ ਜਥੇਦਾਰੀ ਚਲਾਈ ਉਹ ਵੀ ਆਏ ਫਿਰ ਇੱਥੇ ਮੇਲੇ ਮੁਲੇ 'ਤੇ ਚੱਲਦੇ ਰਹਿੰਦੇ ਆ ਉਹਦੇ ਬਾਅਦ ਫਿਰ ਸਾਨੂੰ ਫਿਰ ਉਹਦੇ ਜਾਣ ਤੋਂ ਬਾਅਦ ਸਮਾਜ ਨੇ ਬਾਬਾ ਮੇਜਰ ਸਿੰਘ ਰੰਗਰੇਟਾ ਗੁਰੂ ਦਾ ਬੇਟਾ ਜਿਹੜੇ ਦਲ ਪੰਥ ਚਲਾਉਂਦੇ ਨੇ ਬਾਬਾ ਮੇਜਰ ਸਿੰਘ ਇਹ ਉਹਨਾਂ ਨੇ ਸਾਨੂੰ ਫਰਲਾ ਦਿੱਤਾ ਜਥੇਦਾਰੀ ਦਿੱਤੀ ਫਿਰ ਉਹਦੇ ਬਾਅਦ ਗੁਰੂ ਨਾਨਕ ਦਲ ਨੇ ਉਹਨਾਂ ਨੇ ਵੀ ਸਾਨੂੰ ਥਾਪਣਾ ਦਿੱਤੀ ਜਥੇਦਾਰੀ ਦੀ ਇਹ ਦੋ ਦਲ ਪੰਥ ਨੇ ਸਾਨੂੰ ਜਥੇਦਾਰ ਬਣਾਇਆ ਸੀ ਇਹ ਤਾਂ 13 ਜਥੇ ਬਣਦੀਆਂ ਨੇ ਸਾਰੀ 13 ਤੇ 13 ਆਪਣੇ ਨਾਲ ਸੰਯੋਗ ਦਿੰਦੀਆਂ ਨੇ ਤੇ ਆਪਾਂ ਉਹਨਾਂ ਨੂੰ ਸੰਯੋਗ ਦਿੰਦੇ ਉਹ ਆਪਾਂ ਨੂੰ ਦਿੰਦੇ ਸ਼ਸਤਰਾਂ ਦੇ ਵਿੱਚ ਅੱਛਾ ਹੁਣ ਜਥੇਬੰਦੀਆਂ ਬੰਦਿਆਂ ਨੂੰ ਛੱਡ ਕੇ ਦੱਸੋ ਪੰਥ ਨੂੰ ਕੋਈ ਤੁਹਾਡੀ ਅਪੀਲ ਪੰਥ ਨੂੰ ਜਥੇਬੰਦੀਆਂ ਨੂੰ ਨਹੀਂ ਬੰਦਿਆਂ ਨੂੰ ਨਹੀਂ ਪੰਥ ਨੂੰ ਤਾਂ ਪੰਥ ਜਿਹੜੇ ਨੇ ਪੰਥ ਤਾਂ ਆਪਣੇ ਕੋਲ ਆ ਰਹੇ ਨੇ ਵਿਚਾਰੇ ਹੁਣ ਬਰਛੀਆਂ ਚੜ ਕੇ ਦਿੱਤੀ ਆ ਪੰਥ ਦੇ ਸਿੰਘ ਨੇ ਬੁੱਢਾ ਦਲ ਹੋ ਗਿਆ ਗੁਰੂ ਨਾਨਕ ਦਲ ਹੋ ਗਿਆ ਤਰਨਾ ਦਲ ਹੋ ਗਿਆ ਸਾਰੇ ਆਉਂਦੇ ਆਪਣੇ ਕੋਲ ਮੈਂ ਦੂਜਿਆਂ ਨੂੰ ਨਹੀਂ ਸ਼ਸਤਰ ਦਿੰਦਾ ਅੱਛਾ ਦੂਜਿਆਂ ਨੂੰ ਬਿਲਕੁਲ ਨਹੀਂ ਦਿੰਦਾ ਮੈਂ ਪੰਥ ਦੇ ਬੰਦੇ ਨੂੰ ਦਿੰਦਾ ਮੈਂ ਬਾਕੀ ਲੋਕਾਂ ਨੇ ਇੱਧਰ ਵੇਚੀ ਜਾਂਦੇ ਨੇ ਉੱਧਰ ਵੇਚੀ ਜਾਂਦੇ ਨੇ ਮੈਂ ਆਪ ਦੇ ਸਿੰਘਾਂ ਨੂੰ ਦਿੰਦਾ ਸ਼ਸਤਰ ਦੂਜਿਆਂ ਨੂੰ ਨਹੀਂ ਸ਼ਸਤਰ ਦਿੰਦਾ ਮੈਂ ਪੰਥ ਨੂੰ ਦਿੰਦਾ ਮੈਂ ਉਹਨੂੰ ਬੁੱਢੇ ਦਲ ਦੀ ਸੀ ਉਹ ਸਿੰਘ ਅੰਮ੍ਰਿਤਧਾਰੀਆਂ ਬੁੱਢੇ ਦਲ ਦੇ ਸਿੰਘ ਸੀ ਬਾਕੀ ਮੈਂ ਕੱਟਬੰਦੀ ਦਿੰਦਾ ਮੈਂ ਦੁੜਾ ਦਿੰਦਾ ਮੈਂ ਭਾਵੇਂ ਮੈਨੂੰ 500 ਦੇ ਭਾਵੇਂ 1000 ਦੇ ਮੈਂ ਦੇ ਦਿੰਦਾ ਮੈਂ ਪੁਜਾ ਦਿੰਦਾ ਉਹਨਾਂ ਨੂੰ ਸਿੰਘ ਆ ਜਾਵੇ ਉਹਨੂੰ ਦਿੰਦਾ ਮੈਂ ਹਰੇਕ ਨੂੰ ਨਹੀਂ ਦਿੰਦਾ ਹਾਂ ਸੋਟੀ ਸਾਟੀ ਦੇ ਦਿੰਦੇ ਆਪਾਂ ਸੋਟੀ ਸਾਟੀ ਵੇਚ ਦਿੰਦਾ ਮੈਂ ਉਹਨਾਂ ਨੂੰ ਉਹ ਸਸਤਾ ਨਹੀਂ ਦਿੰਦਾ ਕਿ ਆਪਣੇ ਕੋਲ ਥੋੜ੍ਹਾ ਹੈ ਮਾਲ ਜਿਹੜੇ ਸਾਡੇ ਨਾਂ ਤੇ ਥੋੜੀ ਮਾਇਆ ਉਹ ਲੈ ਜਾਂਦੇ ਨੇ
ਸਾਡੇ ਕੋਲ ਪਹੁੰਚਦਾ ਤਾਂ ਹੈ ਨਹੀਂ ਰੁਪਿਆ ਵੀ। ਠੀਕ ਹੈ, ਪਹੁੰਚ ਗਈ ਉਹ ਲੀਡਰ ਲੀਡਰ ਲਿਖਾ ਜਾਂਦੇ ਨੇ ਆ ਗਈ ਤੁਹਾਡੀ ਬਣੇ ਪਏ ਲੀਡਰ ਜਿਹੜੇ ਵੱਡੇ ਕਰੋੜ ਕਰੋੜ ਦੀ ਤੇ ਉਹਨਾਂ ਦੇ ਕੋਲੇ ਕਾਰ ਹੈ ਦੋ ਦੋ ਕਰੋੜ ਦੀ ਕਾਰ ਲਿੱਤੀ ਹੋਈ ਹੈ ਤੁਹਾਡੇ ਜੋ ਹਾਂ ਹਾਂ ਆ ਕੋਠੀ ਤੂੰ ਦੇਖੂਗਾ ਬਿਲਡਿੰਗ ਪਈ ਹੋਈ ਉਹਦੀ ਉਹ ਪੈਸਾ ਕਿੱਥੋਂ ਹੈ ਸਾਰਾ ਸੌਰਮੀ ਕਮੇਟੀ ਦਿੰਦੀ ਹੈ ਇਹ ਕਮੇਟੀ ਨੂੰ ਇਹ ਬੇਨਤੀ ਕਰ ਰਿਹਾ ਮੈਂ ਆਵਾਜ਼ ਮੇਰੇ ਪਹੁੰਚਾਓ ਜੋ ਤੁਸੀਂ ਦੇਣਾ ਸਿਕਲੀ ਗਰਾਂ ਨੂੰ ਉਹਨਾਂ ਦੇ ਕੋਰਟ ਨੰਬਰ ਲਿਓ ਉਹਨਾਂ ਦੇ ਖਾਤੇ ਨੰਬਰ ਲਿਓ ਭਾਵੇਂ ਤੁਸੀਂ ਇੱਕ ਰੁਪਏ ਦਿਓ ਭਾਵੇਂ ਦੋ ਰੁਪਏ ਦਿਓ ਹੁਣ ਬੱਚੇ ਦੀ ਫੀਸ ਵਾਸਤੇ ਉਹਨਾਂ ਨੇ ਆਖਿਆ ਸੀ ਲੀਡਰ ਤੇ ਤੁਸੀਂ ਨਾ ਸਾਨੂੰ ਸੈੱਟ ਭੇਜ ਦਿਓ ਬੱਚਿਆਂ ਨੇ ਉੱਥੇ ਆਏ ਸੀ ਲੀਡਰ ਮੇਰੇ ਕੋਲ ਇੱਕ ਮਿੰਟ ਲੀਡਰ ਆਏ ਸੀ ਤੇ ਤੁਸੀਂ ਨਾ ਸੈੱਟ ਭੇਜ ਦਿਓ ਤੁਸੀਂ ਬੱਚੇ ਦੇ ਤਾਂ ਤੁਹਾਡੀ ਫੀਸ ਮਾਫ਼ ਕਰਵਾਵਾਂਗੇ ਨਹੀਂ ਤਾਂ ਪੂਰਾ ਚੋਰ ਹੈ ਇੱਥੇ ਤੋਂ ਲੈ ਗਿਆ ਸਿਟੀ ਬੇਸਟ ਇੱਕ ਰੁਪਿਆ ਨਹੀਂ ਪਹੁੰਚਿਆ ਅਜੇ ਤੱਕ ਪਹੁੰਚ ਗਈ ਆਵਾਜ਼ ਤੁਹਾਡੀ ਆ ਗਈ ਰਿਕਾਰਡ ਹੋ ਗਈ ਔਰ ਉਹਨੇ ਵੀ ਆਖਿਆ ਸੀ ਤੇਰੇ ਮੋਰਾ ਵਾਲੀ ਸੰਤ ਨੇ ਵੀ ਆਖਿਆ ਸੀ ਸ਼੍ਰੋਮਣੀ ਕਮੇਟੀ ਦੇ ਉੱਥੇ ਅਨੰਦਪੁਰ ਸਾਹਿਬ ਮੀਡੀਆ ਦੇ ਵਿੱਚ ਠੀਕ ਹੈ ਲਾਈਵ ਦੇ ਵਿੱਚ ਵੀ ਆਖਿਆ ਸੀ ਵੀ ਇਹਨਾਂ ਦੇ ਨਾਂ ਤੇ ਨਾ ਕੋਈ ਹੋਰ ਹੀ ਪੈਸਾ ਕੋਈ ਹੋਰ ਹੀ ਖਾ ਜਾਂਦਾ ਹੈ ਠੀਕ ਹੈ ਇਹਨਾਂ ਨੇ ਕੋਲੇ ਨਹੀਂ ਪਹੁੰਚਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।